ਨਵਦੀਪ ਨੂੰ ਇਤਨਾ ਟੋਰਚਰ ਕਰਿਆ, ਮੈਨੂੰ ਸਮਝ ਨਹੀਂ ਆਉਂਦੀ ਹੈ ਵੀ ਦੁਬਾਰਾ ਇਹਨਾਂ ਨੇ ਨੌਜਵਾਨਾਂ ਦੇ ਅੰਦਰ 84 ਵਾਲੀ ਲਹਿਰ ਨੂੰ ਦਿਖਾਉਣ ਵਾਸਤਾ ਵੀ ਹਮ ਹਲੀ ਬਦਲੇ ਨਹੀਂ ਹੈ। ਮੰਨ ਲਓ ਨਵਦੀਪ ਨੂੰ ਉਲਟਾ ਟੰਗ ਗਾ, ਬਾਹਾਂ ਲੱਤਾਂ ਪੁੱਠੇ ਪਾਸੇ, ਕਿਹੜੇ ਥਾਣੇ ਦੀ, ਕਿਹੜੇ ਪੁਲਿਸ ਸਟੇਸ਼ਨ ਦੀ? ਇਹ CI1 ਅੰਬਾਲਾ, ਅੰਬਾਲੇ ਦੀ। ਅਗਰ ਨਵਦੀਪਰ ਨੇ ਕੋਈ ਐਸਾ ਗਲਤ ਕੰਮ ਕਰਿਆ, ਹਮ ਬਿਲਕੁਲ ਵੀ ਫਰਿਆਦ ਨਹੀਂ ਕਰਨੇ ਗਏ ਹੈ ਵੀ ਨਵਦੀਪਰ ਨੂੰ ਛੁੱਡਿਆ ਜਾ। ਸਰਕਾਰ ਸਬੂਤ ਦਿਖਾਵਾ ਵੀ ਹਾਂ ਮਾਰੇ ਇਸ ਨੌਜਵਾਨ ਕਾ ਇਹਨਾਂ ਨੇ ਡੰਡਾ ਮਾਰਿਆ, ਇਸ ਨੌਜਵਾਨ ਕਾ ਗੋਲੀ ਮਾਰੀ ਹੈ। ਮਾਰੇ ਪਾਸ ਸਾਰੇ ਸਬੂਤ ਆ, 14 ਨੌਜਵਾਨਾਂ ਕੀ ਅੱਖਾਂ ਡੈੱਡ ਹੋ ਗਈ, 4 ਨੌਜਵਾਨਾਂ ਕੀ ਬਾਹਾਂ ਡੈੱਡ ਹੋ ਗਈ ਬਿਲਕੁਲ। ਉਸਕੇ ਉੱਪਰ ਕੋਈ ਵੀ ਅੱਜ ਤੱਕ ਕੋਈ ਅਮਲ ਨਹੀਂ ਕਰਿਆ ਹੈ, ਕਿਉਂਕਿ ਸਰਕਾਰਾਂ ਮਿਲੀ ਹੋਈ ਆ, ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਉਹ ਹਰਿਆਣਾ ਸਰਕਾਰ ਆ। ਕਿਆ ਨਹੀਂ ਕਿਹਾ ਸਰਕਾਰਾਂ ਨੇ, ਉਗਰਵਾਦੀ ਤੱਕ ਮਾਨੂੰ ਕਿਹਾ ਆ, ਆਤੰਕਵਾਦੀ ਤੱਕ ਮਾਨੂੰ ਕਿਹਾ ਆ, ਮਾਓਵਾਦੀ ਤੱਕ ਮਾਨੂੰ ਕਿਹਾ ਆ, ਇਹ ਵੀ ਕੰਗਣਾ ਨੇ। ਤੁਸੀਂ ਕਹਿ ਰਹੇ ਹੋ ਵੀ ਥਰਡ ਡਿਗਰੀ ਟੋਰਚਰ ਹੋਇਆ, ਤੇ ਉਦੋਂ ਬਾਅਦ ਨਵਦੀਪ ਨੂੰ ਕੋਈ ਮੈਡੀਕਲ ਸੁਵਿਧਾ ਦਿੱਤੀ ਗਈ ਕਿ ਨਹੀਂ? ਨਾ 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 ਨਾ, ਮੈਡੀਕਲ ਸੁਵਿਧਾ ਕਹਾਂ ਦੀ ਗਈ ਆ? ਮੈਡੀਕਲ ਸੁਵਿਧਾ ਤੋਂ ਇਹੋ ਲੈ ਲਿਓ, ਆਪਾਂ ਨੇ ਐਪਲੀਕੇਸ਼ਨ ਲਾਈ, CI1 ਕੇ ਅਫਸਰ ਨੇ ਜੱਜ ਕੀ ਗੈਲ ਬੈਠ ਕਾ ਐਪਲੀਕੇਸ਼ਨ ਕੈਂਸਲ ਕਰਾਈ ਆ। ਨਵਦੀਪ ਨੇ ਨਿਸ਼ਾਨ ਦਿਖਾਏ ਮਾਨੂੰ, ਕਿੱਥੇ ਕਿੱਥੇ ਨਿਸ਼ਾਨ ਸੀ? ਡੰਡੇ ਯਹਾਂ ਪੈਰਾਂ ਕੇ, ਯਹਾਂ ਪਤਲੀਆਂ ਪਤਲਾ ਨੱਚਾ, ਔਰ ਯਹਾਂ ਵੀ ਇਹਨੂੰ ਪਿੰਨੀਆਂ ਪਰ ਵੀ ਸਾਰੇ ਦਿਖਾਏ ਨਵਦੀਪ ਨੇ ਵੀ ਉਹ ਨਿਸ਼ਾਨ ਕਹੀਂ MRI ਕੇ ਅੰਦਰ ਨਾ ਆ ਜਾ। ਹੁਣ ਇਹ ਸਾਰੇ ਚੀਜ਼ ਦੇ ਪਿੱਛੇ ਕਿਸਾਨ ਜਥੇਬੰਦੀਆਂ, ਉਹਨਾਂ ਦਾ ਤੁਹਾਨੂੰ ਸਹਿਯੋਗ ਰਿਹਾ ਪੂਰਾ? ਬਿਲਕੁਲ ਬਿਲਕੁਲ, ਦੇਖੋ ਦੋਨੋਂ ਫੋਰਮਾਂ ਦਾ ਪੂਰਾ ਸਹਿਯੋਗ ਆ। ਇਬੀ ਬਹੁਤ ਬੜਾ ਇਕੱਠ ਅੰਬਾਲਿਆ ਅਨਾਜ ਮੰਡੀ ਕੇ ਅੰਦਰ ਰੱਖਿਆ ਗਿਆ ਹੈ 17 ਜੁਲਾਈ ਕਾ। 17 ਜੁਲਾਈ ਕੇ ਨੂੰ ਇੱਕ ਬਹੁਤ ਬੜਾ ਇਕੱਠ ਆਪਾਂ ਨੇ ਫਿਰ SP ਦਫ਼ਤਰ ਘੇਰਨਾ ਆ। ਸਤਿ ਸ਼੍ਰੀ ਅਕਾਲ ਜੀ, ਕੁਝ ਵੱਖਰਾ ਸੁਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ। ਇੱਕ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਨਵਦੀਪ ਸਿੰਘ ਵਾਟਰ ਕੈਨਨ, ਜਿਹੜਾ ਨਾਮ ਕਿਸਾਨੀ ਅੰਦੋਲਨ ਦੇ ਵਿੱਚ ਉੱਭਰਦਾ ਗਾ, ਪਰ ਹੁਣ ਨਵਦੀਪ ਸਿੰਘ ਜੇਲ੍ਹ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਆ ਅਤੇ ਉਹਦੇ ਮਾਪੇ ਮੀਡੀਆ ਦੇ ਸਨਮੁੱਖ ਆ ਕੇ ਬਹੁਤ ਵੱਡੇ ਖੁਲਾਸੇ ਕਰਦੇ ਆ। ਖਾਸ ਕਰਕੇ ਇਹ ਵੀ ਦੱਸਿਆ ਜਾ ਰਿਹਾ ਵੀ ਨਵਦੀਪ ਦੇ ਉੱਤੇ 3rd degree ਹੋਇਆ, ਇਹ ਉਹਨਾਂ ਦੇ ਮਾਪਿਆਂ ਦਾ ਕਹਿਣਾ ਗਾ। ਪਰ ਜੇ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਮੀਡੀਆ ਦੇ ਵਿੱਚ ਵੀ ਇਹ ਮਾਮਲਾ ਚਰਚਾ ਦੇ ਵਿੱਚ ਰਿਹਾ ਜਦੋਂ ਗ੍ਰਿਫਤਾਰੀ ਹੋਈ, ਜਾਂ ਕੁਛ ਨਾ ਕੁਛ ਨਵਦੀਪ ਨੂੰ ਲੈ ਕੇ ਹੁੰਦਾ ਗਾ, ਪਰ ਫਿਰ ਇੱਕੋ ਦਮ ਸਾਇਲੈਂਟ ਹੋ ਜਾਂਦਾ ਗਾ, ਬਹੁਤ ਘੱਟ ਚਰਚਾ ਹੁੰਦੀ ਆ। ਪਰ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਸੀ, ਬਹੁਤ ਸਾਰੇ ਲੋਕ ਇਹ ਪੁੱਛ ਰਹੇ ਸੀ ਵੀ ਨਵਦੀਪ ਦੇ ਮਾਪਿਆਂ ਦੇ ਨਾਲ ਜਾਂ ਨਵਦੀਪ ਬਾਰੇ ਕੋਈ ਇਨਫੋਰਮੇਸ਼ਨ ਦਿੱਤੀ ਜਾਵੇ। ਸੋ ਅੱਜ ਉਹਨਾਂ ਦੇ ਪਿਤਾ ਜੀ ਦੇ ਨਾਲ ਸਾਡਾ ਸੰਪਰਕ ਹੋਇਆ, ਸਾਡੇ ਨਾਲ ਮੌਜੂਦ ਰਹਿਣਗੇ ਜੈ ਸਿੰਘ ਜਲਬੇੜਾ, ਨਵਦੀਪ ਦੇ ਫਾਦਰ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਠੀਕ ਠਾਕ ਹੋ? ਬਿਲਕੁਲ ਜੀ। ਚੜ੍ਹਦੀ ਕਲਾ ਜੀ, ਜਿਵੇਂ ਤੁਸੀਂ ਗੱਲਬਾਤ ਕਰੀ ਵੀ ਚੜ੍ਹਦੀ ਕਲਾ, ਨਵਦੀਪ ਕਿਵੇਂ? ਨਵਦੀਪ ਚੜ੍ਹਦੀ ਕਲਾ 'ਚ? ਹਾਂ ਨਵਦੀਪ ਚੜ੍ਹਦੀ ਕਲਾ, ਅੱਜ ਮੁਲਾਕਾਤ ਤੀ ਨਵਦੀਪ ਕੀ। ਅੱਛਾ, ਤੁਸੀਂ ਮੁਲਾਕਾਤ ਬੁੱਧਵਾਰ ਕਾ ਦਿਨ ਆ ਜੀ, ਤੋ ਅੱਜ ਵੀ ਨਵਦੀਪ ਨੇ ਇੱਕੋ ਬਾਤ ਕਹੀ ਹੈ ਵੀ ਡੈਡੀ ਬਿਲਕੁਲ ਵੀ ਕੋਈ ਬਾਤ ਨਹੀਂ ਮਨ ਪਰ ਕਰਨੀ ਹੈ, ਚੜ੍ਹਦੀ ਕਲਮ ਆਪਾਂ ਪਹਿਲਾਂ ਵੀ ਤੇ ਔਰ ਚੜ੍ਹਦੀ ਕਲਮ ਅਸੀਂ ਰਹਿਣਾ ਆ। ਤੋ ਬਾਤ ਰਹੀ ਨਵਦੀਪ ਨੂੰ, ਮਤਲਬ ਇਹਨਾਂ ਨੇ ਅੱਜ ਕੱਲ੍ਹ ਨੂੰ 90 ਦਿਨ ਹੋ ਜਾਣਗੇ ਪੂਰੇ, ਹਾਂ 3 ਮਹੀਨੇ ਹੋ ਜਾਣਗੇ ਕੱਲ੍ਹ ਨੂੰ, ਪੂਰੇ 3 ਮਹੀਨੇ ਹੋ ਜਾਣਗੇ। ਸ਼ੁਰੂ ਮੈਂ ਇਹਨਾਂ ਨੇ ਨਵਦੀਪ ਨੂੰ ਇਤਨਾ ਟੋਰਚਰ ਕਰਿਆ, ਮੈਨੂੰ ਸਮਝ ਨਹੀਂ ਆਉਂਦੀ ਹੈ ਵੀ ਦੁਬਾਰਾ ਇਹਨਾਂ ਨੇ ਨੌਜਵਾਨਾਂ ਦੇ ਅੰਦਰ 84 ਵਾਲੀ ਲਹਿਰ
ਨੂੰ ਦਿਖਾਉਣ ਵਾਸਤਾ ਵੀ ਹਮ ਹਲੀ ਬਦਲੇ ਨਹੀਂ ਹੈ, ਹਮ ਉਸੀ ਤਰ੍ਹਾਂ ਗਏ ਹਾਂ ਜੋ 1984 ਮੈਂ ਕਰਿਆ ਤਾ, ਤੋ ਅੱਜ ਵੀ ਸਰਕਾਰਾਂ ਉਸੀ ਤਰ੍ਹਾਂ ਜ਼ੁਲਮ ਢਹਿ ਰਹੀ ਆ। ਮੈਨੂੰ ਸਮਝ ਨਹੀਂ ਲੱਗਦਾ ਵੀ ਇਤਨਾ ਟੋਰਚਰ ਨਵਦੀਪ ਨੂੰ ਕਿਉਂ ਕਰਿਆ ਗਿਆ ਆ, ਕਿਉਂ ਐਸਾ ਕਿਆ ਨਵਦੀਪ ਕੇ ਪਾਸ ਥਾ, ਐਸਾ ਕੌਣ ਸਾ 307 ਉਸਕੇ ਉੱਪਰ ਲਗਾਈ ਵੀ ਹੈ, ਕੌਣ ਸਾ ਮਰਡਰ ਹਮਨੇ ਤੋ ਦੇਖਿਆ ਨਹੀਂ ਹੈ, ਜਾਂ ਸਰਕਾਰ ਕੋਈ ਚੀਜ਼ ਦਿਖਾਵਾ ਐਸੀ ਜੋ ਸਰਕਾਰ ਕੇ ਪਾਸ ਸਬੂਤ ਆ ਵੀ ਹਾਂ ਇਹ ਦੇਖੋ ਜੀ ਮਾਰੇ ਪਾਸ ਇਹ ਵੀਡੀਓ ਹੈ ਨਵਦੀਪ ਕੀ, ਗੁਰਕੀਰਤ ਕੀ, ਅਨੀਸ਼ ਖਟਕੜ ਕੀ, ਵੀ ਇਨ ਤਿੰਨ ਨੌਜਵਾਨਾਂ ਨੇ ਯਹਾਂ ਅੰਦੋਲਨ ਨੂੰ ਭੜਕਾਉਣੇ ਵਾਸਤਾ, ਦੇਸ਼ ਕੇ ਅੰਦਰ ਖਲਬਲੀ ਮਚਾਉਣੇ ਵਾਸਤਾ ਨੇ ਗਲਤ ਕੰਮ ਕਰੇ ਹੋਏ ਹਾਂ। ਯੋ ਜੱਜ ਸਾਹਿਬ ਕੇ ਬਿਲਕੁਲ ਮੈਂ ਸਾਹਮਣੇ ਖੜਿਆ ਤਾ, ਨਵਦੀਪ ਕੀ ਪੇਸ਼ੀ ਤੀ ਉਸ ਦਿਨ, ਜੱਜ ਸਾਹਿਬ ਨੇ ਵੀ ਕਿਹਾ ਵੀ 307 ਥਾਣੇ ਲਾਈ ਆ, SHO ਸਾਹਿਬ ਮੈਂ ਖੜੇ ਤੇ ਥਾਣੇ ਸਦਰ ਕੇ, ਤੋ ਵੀ 307 ਥਾਣੇ ਲਾਈ ਆ, ਕਿਆ ਸਬੂਤ ਆ ਤੁਹਾਡੇ ਪਾਸ ਇਸ ਚੀਜ਼ ਕੀ? SHO ਨੂੰ ਜਵਾਬ ਨਹੀਂ ਆਇਆ, ਉਹ ਕਹਿ ਰਹੇ ਜੀ ਪਹਿਲਾਂ ਇਹਨਾਂ ਨੇ ਰਿਮਾਂਡ ਲਿਆ ਤਾ 2 ਦਿਨ ਕਾ, ਉਸਕੇ ਅੰਦਰ ਇਹਨਾਂ ਨੇ ਮੰਨ ਲਓ ਨਵਦੀਪ ਨੂੰ ਉਲਟਾ ਟੰਗ ਕਾ ਬਾਹਾਂ ਲੱਤਾਂ ਪੁੱਠੇ ਪਾਸੇ ਨੂੰ, ਕਿਹੜੇ ਥਾਣੇ ਦੀ, ਕਿਹੜੇ ਪੁਲਿਸ ਸਟੇਸ਼ਨ ਦੀ? ਇਹ CI1 ਅੰਬਾਲਾ, ਅੰਬਾਲੇ ਦੀ। ਹਾਂ, ਕੋਈ ਅਫਸਰ ਹੈ ਵਹਾਂ CI1 ਕਾ, ਤੋ ਉਹਨਾਂ ਨੇ ਪਤਾ ਨਹੀਂ ਉਹਨੂੰ ਕਿਆ ਰੰਜਸ ਹੈ, ਕਿਆ ਨਵਦੀਪ ਗਿੱਲ ਐਸੀ, ਨਵਦੀਪ ਨੇ ਕਿਆ ਉਹਨੂੰ ਕਹਿ ਦਿਆ, ਮੈਨੂੰ ਤਾਂ ਲੱਗਦਾ ਨਹੀਂ ਹੈ ਵੀ ਕੋਈ ਸਪੈਸ਼ਲ ਹੀ ਉਹਨਾਂ ਨੂੰ ਐਸੀ ਕੋਈ ਗਾਲੀ ਗਲੋਚ ਕਰੀ ਆ ਵੀ ਜਿਸ ਕਾਰਨ ਉਹਨਾਂ ਨੇ ਇਨਕੇ ਉੱਪਰ ਇਤਨਾ ਜ਼ੁਲਮ ਢਾਇਆ ਆ, ਔਰ ਵੇਲਣ ਵੀ ਮਤਲਬ ਜਿਸ ਤਰ੍ਹਾਂ ਮਤਲਬ ਪਤਾ ਨਹੀਂ ਕਿਆ ਮਨਵਾਉਣਾ ਇਨਕੇ ਪਾਸ ਤੇ, ਉਹ ਵੀ ਫੇਰਿਆ ਆ, ਮੂੰਹ ਵੀ ਡੁਬੋਇਆ ਗਿਆ ਆ ਇਹਨਾਂ ਪਾਣੀ 'ਚ, ਪਾਣੀ ਦੇ ਅੰਦਰ, ਔਰ ਪੂਰਾ ਮਤਲਬ ਜਿਤਨਾ ਵੀ ਇਹਨਾਂ ਨੇ ਜ਼ੁਲਮ ਢਾਣਾ ਤਾ 3rd degree ਟੋਰਚਰ ਕੀਤਾ, 3rd degree। ਹਾਂ, ਫਿਰ ਇਹ ਦੁਬਾਰਾ ਫਿਰ ਇੱਕ ਦਿਨ ਪੇਸ਼ੀ ਦੀ ਨਵਦੀਪ ਜੀ, ਉਸ ਦਿਨ ਵੀ ਇਹਨਾਂ ਨੇ 2 ਦਿਨ ਕਾ ਰਿਮਾਂਡ ਮੰਗ ਲਿਆ ਜੀ, 2 ਦਿਨ ਕਾ ਰਿਮਾਂਡ ਮੰਗ ਕਰ ਲਗੇ ਕਹਿਣ ਜੱਜ ਸਾਹਿਬ, ਮੈਂ ਵਹੀਂ ਖੜਾ ਤਾ ਬਿਲਕੁਲ ਇਹਨਾਂ ਸਾਹਮਣੇ, ਜੱਜ ਸਾਹਿਬ ਲਗੇ ਕਹਿਣ ਵੀ 2 ਦਿਨ ਕਾ ਰਿਮਾਂਡ ਕਿਸ ਵਾਸਤੇ ਚਾਹੀਏ ਤੁਹਾਨੂੰ? ਕਹਿੰਦੇ ਜੀ ਮੈਨੂੰ ਹੋਰ ਬੰਦੇ ਪਕੜਨੇ ਆ ਜੀ, ਕਹਿੰਦਾ 3 ਮਹੀਨੇ ਅੰਦੋਲਨ ਨੂੰ ਹੋ ਗਏ, 3-4 ਮਹੀਨੇ ਅੰਦੋਲਨ ਹੋ ਗਏ, ਉਦੋਂ ਤੱਕ ਤੇਰੇ ਬੰਦੇ ਨਹੀਂ ਪਕੜੇ ਗਏ ਹੈ, ਤੋ ਬੰਦੇ ਤੋਂ ਜੱਜ ਸਾਹਿਬ ਨੇ ਕਹਿ ਵੀ ਦਿਆ ਬਿਲਕੁਲ ਐਨ ਵੀ ਬੰਦੇ ਤੋਂ ਪਰਲੇ ਪਾਸਾ ਬੈਠੇ ਹਾਂ, ਘੱਗਰ ਕੇ ਪਰਲੇ ਪਾਸਾ ਜੋ ਬਾਰਡਰ ਆ ਵਹਾਂ ਮੋਰਚਾ ਲੱਗਿਆ ਵਾ, ਵਹਾਂ ਬੈਠੇ ਹਾਂ। ਕਹਿੰਦਾ ਨਹੀਂ ਜੀ ਮੈਨੂੰ 2 ਦਿਨ ਦਿਓ ਕਰਿਆ ਰਿਮਾਂਡ ਕੇ, ਔਰ ਆਪਾਂ ਨੇ ਇਹਨੂੰ ਮਤਲਬ ਗ੍ਰਿਫਤਾਰ ਕਰਨਾ ਆ, ਤੇਜਵੀਰ ਪਜੋਖਰਾ ਔਰ ਇੱਕ ਤੇਪਲਾ ਨਾ ਉਸਕਾ ਫਤਿਹਗੜ੍ਹ ਸਾਹਿਬ ਪਾਸ ਹੀ ਆਪਣੇ ਦੂਰ ਨਹੀਂ ਹੈ, ਤੋ ਵਹਾਂ ਕਾ ਇੱਕ ਲੜਕਾ ਆ ਉਹਨੂੰ ਪਕੜਨਾ ਆ, ਤੋ ਲੈ ਕਹਿਣਾ ਕਹਿ ਰਿਹਾ ਜੇ ਤੁਹਾਨੂੰ 10 ਦਿਨ ਦੇ ਦਿਓ, ਜੱਜ ਸਾਹਿਬ ਨੇ ਕਿਹਾ ਤੁਹਾਨੂੰ 10 ਦਿਨ ਦੇ ਦਿਓ, 10 ਦਿਨ ਮੈਂ ਪਕੜ ਲੇਂਗੇ। ਫਿਰ ਵੀ ਕੋਈ SHO ਦਾ ਜਵਾਬ ਨਹੀਂ ਆਇਆ, ਫਿਰ ਵੀ ਸਮਾਂ ਜੱਜ ਸਾਹਿਬ ਨੇ ਵੀ ਕਿਹਾ ਵੀ ਅਗਰ ਆਪਣੇ ਨੂਈਬ 3rd degree ਟੋਰਚਰ ਕਰਿਆ, ਅੱਛਾ ਜੱਜ ਸਾਹਿਬ ਨੂੰ ਪਤਾ, ਹਾਂ ਵੀ ਮੈਂ ਤੁਹਾਨੂੰ ਬਖਸ਼ਣੇ ਕਾ ਕੋਈ ਨਹੀਂ ਹੈ, ਮੈਨੂੰ ਪੂਰਾ ਭਰੋਸਾ ਆ ਨਾਇਪਾਲ ਕਾ ਵਾ ਵੀ ਉਹ ਨਵਦੀਪ ਨੂੰ ਜ਼ਰੂਰ 307 ਵੀ ਤੋੜਾਂਗੇ ਉਸਕੀ, ਔਰ ਆਉਣ ਵਾਲੇ ਟਾਈਮ ਮੈਂ ਜੋ ਤਰੀਕਾ ਲੱਗੀ ਹੋਈ ਆ ਔਰ ਉਹਨੂੰ ਰਿਹਾ ਵੀ ਕਰਾਂਗੇ ਇਨ ਕੇਸਾਂ ਕੇ ਅੰਦਰ ਦੇ, ਕਿਉਂਕਿ ਐਸਾ ਕੋਈ ਵੀ ਸਬੂਤ ਨਹੀਂ ਹੈ, ਜਾਂ ਸਰਕਾਰ ਮਾਰੇ ਵਕੀਲ ਸਾਹਿਬ ਨੇ ਵੀ ਪੂਰੀ ਬਹਿਸ ਕਰੀ ਆ, ਚੈਨ ਸਾਹਿਬ ਨੇ ਅੰਬਾਲਾ ਜੋ ਵਕੀਲ ਆਪਣੇ, ਤਾਂ ਉਹਨਾਂ ਨੇ ਵੀ ਪੂਰੀ ਬਹਿਸ ਕਰੀ ਆ ਵੀ ਭਾਈ ਆਪ ਇਹ ਪੇਸ਼ ਕਰੋ ਵੀ ਆਪਣੇ 307 ਕਿਉਂ ਲਾਈ ਆ, ਸਬੂਤ ਕੋਈ ਪੇਸ਼ ਕਰੋ, ਕੋਈ ਸਬੂਤ ਪੇਸ਼ ਕਰੋ ਕਿ ਕਿਆ ਨਵਦੀਪ ਕੇ ਜਾਂ ਗੁਰਕੀਰਤ ਕੇ ਹੱਥ ਮਾਂ ਕੋਈ ਐਸੀ ਚੀਜ਼ ਦਿਖਾਓ ਵੀ ਜਿਹਨੇ ਇਹਨੇ ਮਤਲਬ ਕਿਸੇ ਨੂੰ ਇੰਜਰੀ ਪਹੁੰਚਾਈ ਹੋ, ਤੋ ਜਦ ਵੀ ਉਹਨਾਂ ਕੇ ਪਾਸ ਜਵਾਬ ਨਹੀਂ ਆਇਆ ਹੈ,
ਤੋ ਹਮ ਤੋਂ ਬੇਨਤੀਆਂ ਆ ਸਾਰਿਆਂ ਦੇ ਵੀ ਆਪਣੇ ਪਹਿਲਾਂ ਵੀ ਨੌਜਵਾਨਾਂ 'ਤੇ ਵੀ ਔਰ ਨਿਆਂਪਾਲਿਕਾ 'ਤੇ ਵੀ ਬੇਨਤੀ ਆ ਹੱਥ ਜੋੜ ਕੇ ਵੀ ਸੱਚ ਨੂੰ ਸੱਚ ਕਿਹਾ ਜਾ, ਝੂਠ ਨੂੰ ਝੂਠ ਕਿਹਾ ਜਾ। ਅਗਰ ਨਵਦੀਪਰ ਨੇ ਕੋਈ ਐਸਾ ਗਲਤ ਕੰਮ ਕਰਿਆ, ਹਮ ਬਿਲਕੁਲ ਵੀ ਫਰਿਆਦ ਨਹੀਂ ਕਰਨੇ ਗਏ ਹੈ ਵੀ ਨਵਦੀਪਰ ਨੂੰ ਛੁੱਡਿਆ ਜਾ। ਅਗਰ ਜੀ ਜਿਵੇਂ ਨੈਸ਼ਨਲ ਮੀਡੀਆ 'ਤੇ ਬਾਪੂ ਜੀ ਦਿਖਾਇਆ ਸੀਗਾ ਸਾਰਾ, ਕਈ ਤਸਵੀਰਾਂ ਇੰਨਾਂ ਗੀਆਂ, ਖਾਸ ਕਰਕੇ ਨੈਸ਼ਨਲ ਮੀਡੀਆ 'ਤੇ ਨਵਦੀਪ ਦੀਆਂ ਬਹੁਤ ਸਾਰੀਆਂ ਤਸਵੀਰਾਂ ਹੁਣ ਚਲਾਨਾਂ ਗਈਆਂ, ਜਾਂ ਜਦੋਂ ਉਹ ਕੁਛ JCBਆਂ ਤਿਆਰ ਕੀਤੀਆਂ ਗਈਆਂ ਜਾਂ ਹੋਰ ਬਹੁਤ ਕੁਛ, ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਪੁਲਿਸ ਕੁਛ ਬੋਲੀ ਆ ਜਾਂ ਉਹ ਚੀਜ਼ਾਂ ਦਿਖਾਉਣਾ ਗਈਆਂ? ਆਹੋ ਉਹ ਕਹਿੰਦੇ ਜੀ ਉਹ ਜੀ ਉਹ ਮਿਸਤਰੀ ਮੰਨ ਲਿਓ ਆਪਾਂ ਨੇ ਫੜਨਾ ਆ, ਜਿਸ ਬਾਰੇ ਇਹਨਾਂ ਨੇ ਟਰੈਕਟਰ ਮੋਡੀਫਾਈ ਕਰਾਏ ਆ ਔਰ ਮਸ਼ੀਨਾਂ ਦੇਖੋ, ਪਰ ਸਰਕਾਰ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਵਾ ਤਾਂ ਇੱਧਰ ਸਰਕਾਰ ਨੂੰ ਇਹ ਤਾਂ ਇਨਕੇ ਪਾਸ ਸ਼ਾਇਦ ਨਹੀਂ ਕੁਛ ਹੈ, ਬਹੁਤ ਕੁਛ ਆ ਕਿਸਾਨਾਂ ਕੇ ਪਾਸ ਵੀ, ਐਸਾ ਕੁਛ ਨਹੀਂ ਹੈ। ਲੜਾਈ ਤੋਂ ਫਿਰ ਜੇ ਲੜਨੀ ਹੋਆ ਨਾ ਫਿਰ ਇਸੀ ਤਰ੍ਹਾਂ, ਪਰ ਆਪਾਂ ਲੜਾਈ ਲੜਨੀ ਵਾਂਗੇ ਤੇ ਉਹ ਤਾਂ ਸਰਕਾਰ ਨੇ ਜਦ ਆਪਣਾ ਰੂਪ ਦਿਖਾਇਆ, ਮਤਲਬ ਆਂਸੂ ਗੈਸ ਕੇ ਗੋਲੇ ਛੋੜ ਦੇਣੇ, ਉੱਪਰ ਦੇ ਹੋਰ ਵੀ ਗੋਲੀਆਂ, ਬਤਾਓ ਸ਼ੁਭ ਕਰਨ ਕਾ ਗੋਲੀ ਮਾਰਦੀ, ਕੋਈ ਤੁੱਕ ਬਣਾਇਆ, 14 ਨੌਜਵਾਨਾਂ ਦੀ ਅੱਖਾਂ ਚਲੀ ਗਈ। ਮਾਰੇ ਪਾਸ ਤੋਂ ਇਸ ਚੀਜ਼ ਕੇ ਸਬੂਤ ਆ, ਸਰਕਾਰ ਸਬੂਤ ਦਿਖਾਵਾ ਵੀ ਹਾਂ ਮਾਰੇ ਇਸ ਨੌਜਵਾਨ ਕਾ ਇਹਨਾਂ ਨੇ ਡੰਡਾ ਮਾਰਿਆ, ਇਸ ਨੌਜਵਾਨ ਕਾ ਗੋਲੀ ਮਾਰੀ ਹੈ, ਮਾਰੇ ਪਾਸ ਸਾਰੇ ਸਬੂਤ ਆ। 14 ਨੌਜਵਾਨਾਂ ਦੀ ਅੱਖਾਂ ਡੈੱਡ ਹੋ ਗਈ, 4 ਨੌਜਵਾਨਾਂ ਦੀ ਬਾਹਾਂ ਡੈੱਡ ਹੋ ਗਈ ਬਿਲਕੁਲ ਜੀ, ਠੀਕ ਹੈ। ਸ਼ੁਭ ਕਰਨ ਨੂੰ ਗੋਲੀ ਮਾਰ ਕਾ ਯਹਾਂ ਗੋਲੀ ਮਾਰੀ ਆ ਸਿਰ ਕੇ ਅੰਦਰ, ਤੋ ਵਹਾਂ ਉਹਨੂੰ ਮੌਤ ਕੇ ਘਾਟ ਉਤਾਰਿਆ ਗਿਆ। ਆਪਣੇ ਪਾਸ ਤੋਂ ਸਾਰੇ ਸਬੂਤ ਆ, ਇੱਕ ਇੱਕ ਸਬੂਤ ਕਿ ਗੱਲ ਆਪਾਂ ਤੱਥੇ ਗੱਲ ਬਾਤ ਕਰਾਂ ਆ, ਬਿਲਕੁਲ ਵੀ ਬਿਨਾਂ ਤੱਥੇ 'ਤੇ ਕੋਈ ਬਾਤ ਨਹੀਂ ਕਰਦੇ ਹੈ। ਪਰ ਸਰਕਾਰ ਨੇ ਉਸਕੇ ਉੱਪਰ ਕੋਈ ਵੀ ਅੱਜ ਤੱਕ ਕੋਈ ਅਮਲ ਨਹੀਂ ਕਰਿਆ ਹੈ, ਕਿਉਂਕਿ ਸਰਕਾਰਾਂ ਮਿਲੀ ਹੋਈ ਆ, ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਵਾ ਹਰਿਆਣਾ ਸਰਕਾਰ ਆ। ਹੁਣ ਇਹ ਸਾਰੇ ਚੀਜ਼ ਦੇ ਪਿੱਛੇ ਕਿਸਾਨ ਜਥੇਬੰਦੀਆਂ, ਉਹਨਾਂ ਦਾ ਤੁਹਾਨੂੰ ਸਹਿਯੋਗ ਰਿਹਾ ਪੂਰਾ? ਬਿਲਕੁਲ ਬਿਲਕੁਲ, ਦੇਖੋ ਦੋਨੋਂ ਫੋਰਮਾਂ ਦਾ ਪੂਰਾ ਸਹਿਯੋਗ ਆ। ਇਬੀ ਸ਼ਾਇਦ ਮੇਰਾ ਖਿਆਲ ਕਾ ਜੋ ਆਪਾਂ ਨੇ ਬੇਨਤੀ ਆ ਮੇਰੀ ਸਾਰਿਆਂ ਨੂੰ, ਹਰਿਆਣਾ ਪੰਜਾਬ ਹਿਮਾਚਲ ਜਹਾਂ ਤੱਕ ਵੀ ਜੋ ਵੀਡੀਓ ਜਾਣੀ ਆ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਆ ਆਪਾਂ ਨੇ। ਔਰ 17 ਤਰੀਕ ਦਾ ਇੱਕ ਬਹੁਤ ਬੜਾ ਇਕੱਠ ਅੰਬਾਲਿਆ ਅਨਾਜ ਮੰਡੀ ਦੇ ਅੰਦਰ ਰੱਖਿਆ ਗਿਆ ਆ, 17 ਜੁਲਾਈ ਦਾ, 17 ਜੁਲਾਈ ਨੂੰ ਇੱਕ ਬਹੁਤ ਬੜਾ ਇਕੱਠ ਆਪਾਂ ਨੇ ਫਿਰ SP ਦਫ਼ਤਰ ਘੇਰਨਾ ਆ, ਤਾਂ ਕਿ ਉਦਨ ਜੱਜ ਸਾਹਿਬ ਨੇ ਵੀ ਕਿਹਾ ਵੀ ਭਾਈ ਜੋ ਹੁਣ ਅਸੀਂ ਪਰਚੇ ਥਾਨੇ ਪਾਣੇ ਆ, ਇੱਕ ਵਾਰ ਲਿਆ ਉਹ ਸਾਰੇ ਕੇ ਸਾਰੇ, ਕਿ ਉਹ ਹੌਲੀ ਹੌਲੀ ਕਿਆ ਤੁਹਾਨੂੰ 2 ਪਰਚੇ ਲਿਆਏ, 4 ਪਰਚੇ ਲਿਆਏ, ਜਿਤਨੇ ਵੀ ਪਰਚੇ ਆ ਇਕੱਠੇ ਕਰਕੇ ਇੱਕ ਵਾਰ ਲਿਆਓ। ਔਰ ਇਹੀ ਬੇਨਤੀ ਆਪਾਂ ਨੇ ਜੈਕਾ ਇਹ ਪ੍ਰਸ਼ਾਸਨ ਨੂੰ ਕਰਨੀ ਆ ਵੀ ਆਪਣੇ ਇਹ ਕਿਆ ਰਵੱਈਆ ਅਪਣਾਇਆ ਆ ਵੀ ਇੱਕ ਪਰਚਾ ਅੱਜ ਕਰ ਦਿਆ ਪੇਸ਼, ਇੱਕ ਪਰਚਾ ਕੱਲੋਂ ਪੇਸ਼ ਕਰ ਦਿਆ, ਵੀ ਐਸਾ ਤੋਂ ਹੈ ਹੀ ਨਹੀਂ ਵੀ ਆਪਣੇ ਇੱਕ ਪਰਚਾ ਨਗਲ ਠਾਣੇ ਗਾਇਆ ਸਿਰਫ ਉਹ ਵੀ ਅੰਬਾਲੇ ਦੇ ਅੰਦਰ ਹੀ ਆ, ਬਾਕੀ ਸਾਰੇ ਪਰਚੇ ਸਦਰ ਠਾਣੇ ਗਏ ਆ, ਉਸ ਦਿਨ ਕੇ ਕਹਾਂ ਚਲੇ ਗਏ ਤੇ। ਹਮ ਇਹ ਵੀ ਕਹਿਣਾ ਚਾਹਾਂ ਮਤਲਬ ਜੱਜ ਸਾਹਿਬ ਨੂੰ ਵੀ, ਨਿਆਂਪਾਲਿਕਾ ਨੂੰ ਵੀ, ਇਹ ਵੀ ਕਹਿਣਾ ਚਾਹੀਦਾ ਵੀ ਇਹ ਵੀ ਇਹਨੂੰ ਪੁੱਛਿਆ ਜਾ ਵੀ ਉਸ ਦਿਨ 2020 ਤੱਕ ਕੇ ਪਰਚੇ ਆਪਣੇ ਠਹਿਲੀਏ, ਉਹ ਤੋਂ ਉਸ ਦਿਨ ਠਾਣਾ ਵਹੀ ਆ ਆਪਣੇ, ਜਦ ਕਿ ਉਹਨੀ ਇਹ ਪੇਸ਼ ਕਰੇ, ਹਮ ਵਿਹਲੇ ਰਹੇ ਹਾਂ 2 ਸਾਲ ਜਦ ਆਪਣੇ ਕੋਈ ਮਤਲਬ ਉਹ ਨਹੀਂ ਕਰਿਆ ਹੈ। ਅੱਜ ਆਪ ਕੇ ਸਾਰੇ ਪਰਚੇ 2020 ਵਾਲੇ, ਹਾਂ 2020, 2021 ਔਰ ਇਹ 2023 ਵਾਲੇ ਆ, ਤੋ 24 ਵਾਲੇ ਤੋ ਨਹੀਂ ਪਰਚੇ ਹੋਰ ਤਾਂ ਕੋਈ ਇਹੀ ਨਹੀਂ, ਮੇਰਾ ਖਿਆਲ ਕਰ 16 ਪਰਚੇ, 16 ਪਰਚੇ ਮੈਂ ਅਤੇ 6 ਪਰਚੇ ਸਰਕਾਰ ਨੇ ਖਤਮ ਕਰੇ ਹੋਏ ਆ, 10 ਪਰਚਿਆਂ ਦੇ ਅੰਦਰ ਇਹਨਾਂ ਨੇ ਇਸ ਚੀਜ਼ ਨੂੰ ਪੇਸ਼ ਕਰਿਆ ਵੀ ਇਸਕੇ ਉੱਪਰ ਇਤਨੇ ਪਰਚੇ ਆ। ਤੋ ਆਪਾਂ ਤੋਂ ਕਹਿਣਾ ਚਾਹ ਸਰਕਾਰ ਨੂੰ ਵੀ ਇਤਨੀ ਗੰਦੀ ਮਤਲਬ ਨੀਤੀਆਂ ਅਪਣਾਉਣੇ ਕੇ ਬਾਵਜੂਦ ਵੀ ਕਿਆ ਇੱਕ ਨਵਦੀਪ ਕੇ ਕਾਰਨ ਹੀ ਇਹ ਅੰਦੋਲਨ ਖੜਿਆ ਤਾ, ਵੀ ਆਪਣੇ ਨਵਦੀਪ ਨੂੰ ਅੰਦਰ ਕਰ ਲਿਆ, ਐਸਾ ਕੁਛ ਨਹੀਂ ਹੈ।
ਨਵਦੀਪ ਕਿ ਇਹਨੂੰ ਦੇਖਿਆ ਵੀ ਨਵਦੀਪ ਆਪਾਂ ਨੇ ਅੰਦਰ ਕਰ ਦਿਆ, ਅੰਦੋਲਨ ਠੰਡਾ ਪੜ ਗਿਆ। ਅੰਦੋਲਨ ਠੰਡਾ ਨਹੀਂ ਹੋਇਆ ਹੈ, ਅੰਦੋਲਨ ਤੋਂ ਉਸੀ ਤੁਲ ਭਰਾ ਅੱਜ ਵੀ ਕੌਲ ਦੇਂਗੇ, ਸਾਰੇ ਨੌਜਵਾਨ ਸਾਰੇ ਕਿਸਾਨ ਖੜ੍ਹੇ ਹਾਂ, ਕਿਉਂਕਿ ਆਪਣੇ ਕੰਮ ਵੀ ਹੈ ਆ, ਜੀਰੀ ਲਗਾਉਣੇ ਦਾ ਕੰਮ ਚੱਲ ਰਿਹਾ, ਕਿਉਂਕਿ ਇਹ ਦੋ ਕੰਮ ਉੱਪਰੋਂ ਤਲੀ ਆ ਜਾਏ ਆ, ਇੱਕ ਕਣਕ ਕੀ ਵਾਢੀ, ਫਿਰ ਗਾਹੀ, ਔਰ ਫਿਰ ਪਨੀਰੀ ਬੀਜਣੀ, ਫਿਰ ਪਨੀਰੀ ਲਗਾਉਣੀ। ਇਸ ਕਾਰਨ ਮਾਰਾ ਕਿਸਾਨ ਦੋ ਤਿੰਨ ਮਹੀਨੇ ਲਗਾਤਾਰ ਬੀਜੀ ਰਿਹਾ ਆ। ਇਹ ਹੋ ਜਾਵੇ ਅਗਲੇ ਮਹੀਨਾ ਬਿੱਲੇ ਦਿਖਾ ਦੇਂਗੇ 17 ਤਰੀਕ ਨੂੰ ਇਹਨੂੰ ਵੀ ਹਾਂ ਫਿਰ ਕਿਸਾਨ ਉਸੀ ਤਰ੍ਹਾਂ ਖੜ੍ਹੇ ਆ। ਔਰ ਫਿਰ ਮੈਂ ਸਭ ਨੂੰ ਬੇਨਤੀ ਕਰੂੰਗਾ ਵੀ ਇਹੋ ਜੋ ਆਪਾਂ ਨੇ ਇਕੱਠ ਕਰਨਾ ਆ 17 ਜੁਲਾਈ ਦਾ, ਇਹ ਨਵਦੀਪ ਕੀ ਰਿਹਾਈ ਵਾਸਤਾ ਕਰਨਾ ਆ, ਔਰ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਮਾਣਾ ਆ। ਆਸ ਉਮੀਦ ਆ ਵੀ ਆਪ ਨਵਦੀਪ ਨੂੰ ਦੁਬਾਰਾ ਫਿਰ ਉਸੀ ਤਰ੍ਹਾਂ ਰਿਹਾਅ ਕਰਿਆ ਕਰ ਲਿਆਵਾਂਗੇ, ਔਰ ਬਾਇਜ਼ਤ ਬਰੀ ਕਰਿਆ ਕਰ ਲਿਆਵਾਂਗੇ। ਹੁਣ ਜੈ ਸਿੰਘ ਜੀ ਜਿਹੜਾ ਮਤਲਬ ਇੱਕ ਭਾਸ਼ਣਾਂ ਨੂੰ ਲੈ ਕੇ ਆਉਂਦਾ ਰਿਹਾ ਵੀ ਨਵਦੀਪ ਥੋੜ੍ਹਾ ਜਿਹਾ ਕਰੜਾ ਬੋਲਦਾ, ਜ਼ਿਆਦਾ ਅਗਰੈਸਿਵ ਬੋਲਦਾ ਹੈਗਾ, ਗੁੱਸੇ 'ਚ ਜ਼ਿਆਦਾ ਬੋਲਦਾ, ਉਹ ਭਾਸ਼ਣਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੋਰਟ 'ਚ ਵੀ ਚਰਚਾ ਹੋਈ ਆ, ਜਾਂ ਜਦੋਂ ਇੰਟੈਰੋਗੇਸ਼ਨ ਦੇ ਦੌਰਾਨ ਸਾਨੂੰ ਪਤਾ ਲੱਗਿਆ ਵੀ ਉਦੋਂ ਜ਼ਿਆਦਾ ਮਤਲਬ ਪੁਲਿਸ ਵਾਲਿਆਂ ਨੂੰ ਇਹੀ ਜ਼ਿਆਦਾ ਗੁੱਸਾ ਸੀ ਵੀ ਇਹ ਤੂੰ ਇਹਨਾਂ ਤੱਕ ਇਹਨਾਂ ਨੇ ਮਤਲਬ ਇਹ ਤਾਂ ਕੋਈ ਇਹਦੇ 'ਚ ਜ਼ਿਕਰਾ ਹੀ ਨਹੀਂ ਹੈਗਾ। ਅੱਛਾ ਹੈ ਨਹੀਂ ਕੋਈ ਰਿਟਰਨ? ਨਾ 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 ਨਾ, ਇਸਮਾਂ ਕੋਈ ਜ਼ਿਕਰਾ ਨਹੀਂ ਹੈ ਨਵਦੀਪ ਨੂੰ ਕਿੰਨੇ ਕਿਆ ਕਿਹਾ ਨਹੀਂ ਕਿਹਾ। ਇਹਨਾਂ ਨੇ ਇਹ ਕਿਹਾ ਵੀ ਇਹਨਾਂ ਨੇ ਇਹ ਉਹ ਬਾਰਡਰ ਤੋੜਨ ਦੀ ਕੋਸ਼ਿਸ਼ ਕਰੀ ਆ, ਔਰ ਟਰੈਕਟਰ ਮੋਡੀਫਾਈ ਕਰਾਏ ਆ, ਇਹ ਗਲੇਲ ਗਲੂਲ ਲੇਗਾ ਕਰਿਆ ਜੀ, ਗਲੇਲਾਂ ਗੱਲ ਇਹਨਾਂ ਡਰੋਨ ਗਿਰੇ ਆ, ਗਲੇਲਾਂ ਗੱਲ ਥੋੜ੍ਹੇ ਡਰੋਨ ਗਿਰੇ ਕਰਾਂ, ਡਰੋਨ ਤੋਂ ਜਿਗਰਿਆਂ ਗੱਲ ਗਿਰਾ ਆ, ਮਹਾਰਾਜ ਮਹਾਨ ਨੌਜਵਾਨਾਂ ਨੇ ਪਤੰਗਾਂ ਗੱਲ ਡਰੋਨ ਗਿਰ ਲਈ ਇਹਨਗੇ, ਗਲੇਲਾਂ ਤੋਂ ਦੂਰ ਕੀ ਬਾਤ ਆ। ਤੋਂ ਨਾ ਨਾ ਇਨਕੀ ਚੀਜ਼ਾਂ ਆ, ਹਾਂ ਵਿੱਚ ਮਾਂ ਇਹਨੇ ਮੈਨੂੰ ਪ੍ਰਸ਼ਾਸਨ ਵਾਲੇ ਕਹੀ ਜਾਂ ਕਰ ਜੀ ਆਪ ਥੋੜ੍ਹਾ ਸਾ ਇਸ ਤਰ੍ਹਾਂ ਮਤਲਬ ਬੋਲਾਂ, ਆਪ ਨੇ ਵੀ ਤਾਂ ਬੋਲਾਂ ਆ, ਨਹੀਂ ਕੌਣ ਸਾ ਮੈਨੂੰ ਗਲਤ ਨਹੀਂ ਕਹਿੰਦੇ ਹੈ, ਕਿਹਾ ਨਹੀਂ ਕਿਹਾ ਸਰਕਾਰਾਂ ਨੇ ਉਗਰਵਾਦੀ ਤੱਕ ਮੈਨੂੰ ਕਿਹਾ ਆ, ਆਤੰਕਵਾਦੀ ਤੱਕ ਮੈਨੂੰ ਕਿਹਾ ਆ, ਮਾਓਵਾਦੀ ਤੱਕ ਮੈਨੂੰ ਕਿਹਾ ਆ, ਇਹ ਵੀ ਕੰਗਣਾ ਨੇ ਕਿਆ ਨਹੀਂ ਕਿਹਾ, ਕੰਗਣਾ ਨੇ ਵੀ ਮਾਰੀ ਬੀਬੀਆਂ ਵਹਾਂ ਸੀ 200-200 ਰੁਪਏ ਪਿੱਛਾ ਬੈਠੇ, ਜੇ ਤਾਂ ਥੱਪੜ ਖਾਏ ਆ, ਮੈਂ ਕੰਮ ਥੱਪੜ ਖਾਣੇ ਵਾਲੇ ਕਰਾਂਗੇ ਤਾਂ ਥੱਪੜ ਹੀ ਖਾਵਾਂਗੇ। ਪਹਿਲਾਂ ਲੋਕ ਬੋਲਣ ਸਿਖਾਏ ਮੂੰਹ ਗੱਲ, ਇਹ ਲੋਕਾਂ ਨੂੰ ਹੋਰ ਢੰਗ ਗੱਲ ਵੀ ਬੋਲਣ ਸਿਖਾਵਾਂਗੇ, ਤਾਂ ਕਿ ਇਹ ਸਰਕਾਰਾਂ ਨੂੰ ਸੁੱਧ ਬੁੱਧ ਆ ਜਾ ਵੀ ਬੋਲਣਾ ਕਿਸ ਤਰ੍ਹਾਂ ਆ, ਲੋਕਾਂ ਦੇ ਅੰਦਰ ਵਰਤਾਵਾ ਕਿਸ ਤਰ੍ਹਾਂ ਕਰਨਾ ਆ, ਸਟੇਜਾਂ ਦੇ ਉੱਪਰ ਝੂਠ ਬੋਲ ਕੇ ਵਾਅਦੇ ਕਿਸ ਤਰ੍ਹਾਂ ਕਰਨੇ ਆ, ਔਰ ਫਿਰ ਉਹਨਾਂ ਵਾਅਦਿਆਂ 'ਤੇ ਮੁਕਰਨਾ ਕਿਸ ਤਰ੍ਹਾਂ ਆ, ਉਹ ਆਪਾਂ ਨੇ ਇਹਨੂੰ ਯਾਦ ਕਰਾਉਣਾ ਆ। ਆ ਗਿਆ ਫਿਰ 2 ਮਹੀਨੇ ਨੂੰ ਇਲੈਕਸ਼ਨ ਜੀ। ਹੁਣ ਜਿਹੜਾ ਇੱਕ ਹੋਰ ਵੀ ਹਰਿਆਣੇ ਦੇ ਵਿੱਚ ਗੱਲ ਚੱਲੀ ਵੀ ਤੁਹਾਡੇ ਪਾਸਪੋਰਟ ਬਲੈਕ ਲਿਸਟਡ ਕਰ ਦਿੱਤੇ ਜਾਣਗੇ, ਰੱਦ ਕਰ ਦਿੱਤੇ ਜਾਣਗੇ, ਜ਼ਮੀਨਾਂ ਜ਼ਬਤ ਕਰ ਲਾਂਗੇ, ਪ੍ਰਾਪਰਟੀ ਸੀਜ਼ ਕਰ ਲਾਂਗੇ, ਉਸ ਚੀਜ਼ ਨੂੰ ਲੈ ਕੇ ਤੁਹਾਡੇ 'ਤੇ ਕੋਈ ਪ੍ਰੈਸ਼ਰ ਪਿਆ ਸੀ? ਵੀ ਮੈਨੂੰ ਇੱਕ ਬਾਈ ਕੋਈ ਕਹਿ ਰਿਹਾ ਤਾ, ਕਹਿ ਰਿਹਾ ਜੀ ਪਾਸਪੋਰਟ ਰੱਦ ਹੋਏ ਆ, ਮੈਂ ਮੋਰਚੇ ਬੈਠਾ ਤਾਂ ਮੇਰੇ ਧਿਆਨ ਨਹੀਂ ਕੌਣ ਤਾ ਵਾ ਜੀ, ਤੋਂ ਮੈਂ ਕਿਹਾ ਵੀ ਲਿਆਓ ਕਿਸਕਾ ਪਾਸਪੋਰਟ ਰੱਦ ਹੋਇਆ ਆ, ਕਿਸਕੀ ਜ਼ਮੀਨ ਕੁਰਕ ਹੋਈ ਆ। ਮੈਂ ਪਹਿਲਾਂ ਵੀ ਸਟੇਜਾਂ 'ਤੇ ਕਿਹਾ ਆ, ਮੈਂ ਜਰਾ ਉਰੇ ਦੇ ਵਿਹਲੇ ਹੋ ਜਾਣਦੇ, ਫਿਰ SP ਸਾਹਿਬ ਦੇ ਪਾਸ ਵੀ ਫਰਦਾ ਲੈ ਜਾਵਾਂਗੇ, ਔਰ DSP ਸਾਹਿਬ ਦੇ ਪਾਸ ਵੀ ਫਰਦਾ ਲੈ ਜਾਵਾਂਗੇ, ਔਰ ਆਪਣੇ ਪਾਸਪੋਰਟ ਵੀ ਲੈ ਜਾਵਾਂਗੇ। ਪਹਿਲਾਂ ਦਿਖਾ ਦਿਓ ਜਰਾ ਇਸਕੇ ਉੱਪਰ ਇੱਕ ਕਾਟਾ ਮਾਰਕਾ ਪਾਸਪੋਰਟ ਉੱਪਰ, ਔਰ ਯਾ ਕੋਈ ਜ਼ਮੀਨ ਕੀ ਫਰਦਾ ਪੜੀ ਆ ਦਿਖਾਈਏ ਜਰਾ ਇਹਨੂੰ ਕੁਰਕ ਕਰਕਾ। ਔਰ ਮੈਂ ਕਹਿਣ ਲੱਗੇ ਕਹਿ ਰਿਹਾ ਹਮ ਉਹ ਗੇੜ ਦੇਵੇ ਥਰੀ ਕੋਠੀਆਂ ਗੇੜ ਦੇਵੇ, ਠੀਕ ਹੈ ਨੀ। ਮੈਂ ਜਦ ਵੀ ਕਹਿਤਾ ਮੈਂ ਕਿਹਾ ਇਹ UP ਵਾਲਾ ਬਲਡੋਜ਼ਰ ਨਹੀਂ ਹੈ, ਜਦੋਂ ਸਾਹਿਬ ਮੁੜਕਾ ਚਲਿਆ ਗਿਆ, ਇਹ ਹਰਿਆਣੇ ਮੈਂ ਦੇਖਿਓ ਤਾਂ ਜਰਾ ਕਿਸੇ ਦੀ ਕੋਠੀ ਨੂੰ ਹੱਥ ਲੈਗਾ ਜਾਂ ਮੁੜਕਾ ਘਰਾਂ ਚਲਿਆ ਜਾ ਕੋਈ ਸਾ, ਨਹੀਂ ਇਹ ਸੋਚ ਰਹੇ ਹਾਂ ਵੀ ਆਪਣਾ ਇਹ ਉਹ ਇਹਨਾਂ ਤੋਂ ਵੀ 2 ਨੰਬਰ ਗਏ ਪੈਸੇ ਗੱਲ ਨਹੀਂ ਨਾ, ਕੋਠੀਆਂ ਖੜੀ ਕਰੀ ਹੋਈ ਹੈ। ਸਾਨੂੰ CIA ਬਣ ਕੇ ਅਫਸਰ ਨੇ ਤਾਂ ਯਹਾਂ ਤੱਕ ਵੀ ਕਿਹਾ ਇਹਨੂੰ ਗੁਰਕੀਰਤਨ ਨੂੰ, ਕਹਿ ਰਿਹਾ ਸਾਨੂੰ ਸਾਰਾ ਦਿਨ ਕਹਿ ਰਿਹਾ ਇੱਧਰ ਉੱਧਰ ਫਿਰਾਂ, ਐਸੀ ਕਰਾਂ, ਬਦਫੈਲੀ ਕਰਾਂ, ਕਰਿਆ ਖੇਤੀ ਕਿਸ ਟਾਈਮ ਕਰਾਂ ਕਹਾ ਥਮ, ਔਰ ਫੋਰਚੂਨਰਾਂ ਗੱਡੀਆਂ ਲੈ ਰਹੇ ਥਮ, ਕਰਿਆ ਯੋ ਕਹਾਂ ਤੇ ਆਵਾਂ ਥਾਰੇ ਵਾ। ਮੈਂ ਕਹਿਣਾ ਚਾਹੂੰ ਉਸ ਅਫਸਰ ਨੂੰ ਜਰਾ ਐਗਾ ਦੇਖੀਏ ਇੱਕ ਵਾਰ,
ਗਾਉਂ ਕੇ ਅੰਦਰ ਦਿਖਾਵਾਂਗੇ ਤੈਨੂੰ ਉਹਨਾਂ ਗੱਡੀਆਂ ਕਹਾਂ ਤੇ ਆਵਾਂ ਆ, ਠੀਕ ਹੈ ਨੀ। ਦਸ ਨਹਾਂਗੀ ਕਿਰਤ ਕਮਾਈ, ਦਿਨ ਰਾਤ ਨਿਆਣੇ ਸੌਂਦੇ ਨਹੀਂ ਹੈ, ਇਹ ਜੀਰੀ ਲਾਣੀ ਆ। 3 ਮਹੀਨੇ ਮਤਲਬ 4 ਮਹੀਨੇ ਘਰਾਂ ਹੀ ਨਹੀਂ ਵੜਨਾ ਹੈ, ਸਾਰਾ ਸਾਰਾ ਦਿਨ ਕਦੀ ਲਾਈਟ ਆ ਗਈ, ਕਦੀ ਚਲੀ ਗਈ, ਕਦੀ ਨਹਿਰ ਕੀ ਬਾਰੀ ਤੋੜਨ ਜਾਣਾ, ਕਦੀ ਇੰਜਣ ਚਲਾਉਣ ਜਾਣਾ ਆ। ਜਦ ਆਵਾਂ ਨੇ ਗੱਡੀਆਂ, ਇਹ ਨਹੀਂ ਹੈ ਵੀ ਕਿਸੇ ਪਤੇ ਫੰਡਿੰਗ ਲੈ ਕੇ ਜਾਂ ਕਿਸੇ ਨੂੰ ਪਕੜਗਾ ਔਰ ਫਿਰ ਉਸ ਪਤੇ ਰਿਸ਼ਵਤ ਲੇਗਾ, ਨਾ ਗੱਡੀਆਂ ਰਿਸ਼ਵਤ ਕੀ ਨਹੀਂ ਹੈ, ਨਾ ਗੱਡੀਆਂ ਮਿਹਨਤ ਕੀ ਕਮਾਈ ਗਈਆਂ। ਤੇ ਹੁਣ ਜਿਹੜਾ ਨਵਦੀਪ ਨੂੰ ਟੋਰਚਰ ਕੀਤਾ ਗਿਆ ਸੀਗਾ, ਉਹ ਸਿਰਫ ਇੱਕ CIA ਉੱਥੇ ਕੀਤਾ ਗਿਆ ਅੰਬਾਲੇ ਕੇ, ਹੋਰ ਕਿਤੇ ਵੀ ਅਲੱਗ ਅਲੱਗ ਅੰਬਾਲੇ CIA ਬਨਮਾ ਉਹ ਸਾਰਾ ਤੁਹਾਨੂੰ ਨਵਦੀਪ ਨੇ ਖੁਦ ਮਤਲਬ ਨਿਸ਼ਾਨ ਵਗੈਰਾ ਦਿਖਾਇਆ? ਬਿਲਕੁਲ ਖੁਦ ਬਤਾਇਆ ਨਵਦੀਪ ਨੇ ਵੀ ਹਾਂ ਇਹਨੇ ਮੈਨੂੰ ਟੋਰਚਰ ਕਰਿਆ ਆ, ਔਰ ਜਹਾਂ ਤੱਕ ਮਤਲਬ ਟੋਰਚਰ ਕਰਿਆ ਗਿਆ ਨਾ, ਇਹਨੇ ਨਾਂ ਨੂੰ ਪੁੱਛੇ ਵੀ ਹਾਂ ਥਵੇਂ ਕਹਾਂ ਤੇ ਕਿਆ ਕਰ ਰਹੇ ਆ, ਕਿਆ ਨਹੀਂ ਕਰ ਰਹੇ, ਤੁਹਾਡੇ ਕੋਲ ਫੰਡਿੰਗ ਕਹਾਂ ਤੇ ਆਵਾ ਆ। ਖਾਤੇ ਦੇਖ ਲਿਓ ਨਾ, ਦੇਖੇ ਵੀ ਇਹਨੇ ਖਾਤੇ, ਕੁਛ ਨਹੀਂ ਮਿਲਿਆ ਇਹਨੂੰ, ਸਿਰਫ ਸਭ ਆਪਣਾ ਜੋ ਵੀ ਆਪਣਾ ਦਸ ਨਹੋਂ ਕੀ ਕਿਰਤ ਕਮਾਈ ਹੈ ਆਪਣੀ ਤੋਂ, ਨਾਨਕ ਦੇਵ ਜੀ ਕੇ ਗੁਰੂ ਨਾਨਕ ਦੇਵ ਜੀ ਕੇ ਫਲਸਫੇ ਪਰ ਚੱਲਣਾ ਆ, ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਹੋਈ ਆ, ਸਾਂਭ ਕੇ ਰੱਖਣੀ ਮਨ ਹੈ, ਕਾਰਪੋਰੇਟ ਘਰਾਨੇ ਕੇ ਹੱਥ ਮਨ ਦੇਣੀ। ਜੇ ਕੋਈ ਸੋਚਦਾ ਹੋ ਵੀ ਕਾਰਪੋਰੇਟ ਘਰਾਨੇ ਕੇ ਹੱਥ ਮੈਂ ਜ਼ਮੀਨਾਂ ਦੇ ਦੇਵੇਗੇ, ਇੱਕ ਇੰਚ ਨਹੀਂ ਜਾਣ ਦਿੰਦੇ, ਇੱਕ ਇੰਚ ਵੀ ਜਾਇਗਾ ਦੇਖ ਲਿਓ, ਅਗਰ ਕਿਸੇ ਨੇ ਕੋਈ ਪੈਰ ਧਰ ਸਕਾ ਪੈਰ ਧਰ ਕਾ ਦੇਖ ਲਿਓ, ਔਰ ਜੇ ਕੋਈ ਹੋਰ ਜ਼ਬਰਦਸਤੀ ਕਰਕੇ ਦੇਖ ਰਹੇ ਦੇਖਣੀ ਉਹ ਵੀ ਦੇਖ ਲਿਓ। ਜੇ ਇੱਕ ਇੰਚ ਜ਼ਮੀਨ ਦੇ ਦੇ, ਇਸ ਜ਼ਮੀਨ ਨੂੰ ਇਸੀ ਤਰ੍ਹਾਂ ਵਹਾਂਗੇ, ਇਸੀ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ ਮਾਰੇ ਬਜ਼ੁਰਗ ਇਸ ਪਰ ਹਲ ਚਲਾਉਂਦੇ ਆਏ ਆ, ਇਸੀ ਤਰ੍ਹਾਂ ਹਲ ਚਲਾਵਾਂਗੇ। ਔਰ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਜੋ ਅਸੀਂ ਬਾਹਰ ਵਾਲੇ ਹਾਂ, ਥਾਨੇ ਵੀ ਹੈਗਾ ਯਹਾਂ, ਤੁਹਾਨੂੰ ਆਉਣ ਵਾਲਾ ਟਾਈਮ ਦਿਖਾਵਾਂਗੇ, ਥਾਨੇ ਯਹਾਂ ਹੈਗਾ ਖੇਤੀ ਕਰਨੀ ਆ, ਔਰ ਇਸ ਖੇਤੀ ਕੇ ਅੰਦਰ ਤੇ ਇਤਨੀ ਇਨਕਮ ਹੋਣੀ ਆ ਵੀ ਥਰੇ ਪਾਸ ਬਾਹਰਲੇ ਦੇਸ਼ਾਂ ਕੀ ਤੋਂ ਇਨਕਮ ਪਿੱਛਾ ਛੋੜ ਦੇਣੀ ਆ। ਇਸੀ ਕੇ ਅੰਦਰ ਜੋ ਇਨਕਮ ਕਰਾਂਗੇ ਉਸੀ ਗੱਲ, ਔਰ ਕਰਕਾ ਦੇਖੋ ਇਸ ਕੇ ਅੰਦਰ, ਚਾਹੇ ਥੋੜ੍ਹੀ ਖਾਓ ਰੁੱਖੀ ਸੁੱਖੀ ਖਾਣੀ ਨਾ, ਮਿਹਨਤ ਕੀ ਜਦ ਰੁੱਖੀ ਸੁੱਖੀ ਮਿਲਾ ਬਹੁਤ ਸਵਾਦ ਲਗਾ ਆ। ਔਰ ਜੋ ਸੀ ਉਵੇਂ ਕਹਿਣਾ ਬਾਹਰ ਨਿਆਣਿਆਂ ਨੂੰ 18-18 ਘੰਟੇ 20-20 ਘੰਟੇ ਕੰਮ ਕਰਾਏਗਾ, ਕਹਿ ਰਿਹਾ ਛੋਕਰਾ ਇਤਨੇ ਪੈਸੇ ਭੇਜ ਰਿਹਾ, ਕਰਕਾ ਦੇਖੋ ਫਿਰ ਪਤਾ ਲੱਗਾ ਪੈਸੇ ਕਿਸ ਤਰ੍ਹਾਂ ਆ। ਉਹ ਨਿਆਣਿਆਂ ਨੂੰ ਪੁੱਛੋ ਵੀ ਉਹ ਕਿਆ ਕਰ ਰਹੇ ਵਹਾਂ ਸੀ, ਕਿਸ ਤਰ੍ਹਾਂ ਕੇ ਉਨਕੇ ਹਾਲਾਤ ਆ। ਹਮ ਤਾਂ ਯਹਾਂ ਬੈਠੇ ਕਹਿੰਦੇ ਹਾਂ ਵੀ ਛੋਕਰਾ ਕਨੇਡਾ ਚਲਿਆ ਗਿਆ, ਇਤਨੇ ਪੈਸੇ ਭੇਜ ਰਿਹਾ, ਛੋਕਰਾ ਅਮਰੀਕਾ ਚਲਿਆ ਗਿਆ, ਛੋਕਰਾ ਆਸਟ੍ਰੇਲੀਆ ਚਲਿਆ ਗਿਆ, ਇੰਗਲੈਂਡ ਚਲਿਆ ਗਿਆ, ਪਰ ਵਹਾਂ ਹਾਲਾਤ ਤੋਂ ਦੇਖੋ ਜਾਏਗਾ ਕਿਆ ਹਾਲਾਤ ਆ। ਉਨ ਹਾਲਾਤਾਂ ਨੂੰ ਦੇਖ ਕਾ ਹਮ ਤੋ ਵਹਾਂ ਮੂੰਹ ਵੀ ਨਹੀਂ ਕਰਨੇ ਗਏ ਹੈ, ਜਿਨ ਹਾਲਾਤਾਂ ਕੇ ਅੰਦਰ ਵਹਾਂ ਨਿਆਣੇ ਜਹਿ ਰਹੇ ਆ। ਮੇਰੀ ਬੇਨਤੀ ਆ ਵੀ ਜਿਹਨੇ ਵੀ ਭਾਈ ਨਿਆਣੇ ਨੂੰ ਭੇਜਣਾ ਆ, ਆਪਣਾ ਐਨ ਅੱਛੀ ਤਰ੍ਹਾਂ ਤਸੱਲੀ ਕਰਕਾ ਵੀ ਹਾਂ ਵਹਾਂ ਕਿਆ ਹੈ ਆ ਕਿਆ ਨਹੀਂ ਹੈ, ਫਿਰ ਨਿਆਣਿਆਂ ਨੂੰ ਭੇਜ। ਇੱਕ ਜਿਹੜਾ ਹੋਰ ਆ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਥਰਡ ਡਿਗਰੀ ਟੋਰਚਰ ਹੋਇਆ, ਤੇ ਉਦੋਂ ਬਾਅਦ ਨਵਦੀਪ ਨੂੰ ਕੋਈ ਮੈਡੀਕਲ ਸੁਵਿਧਾ ਦਿੱਤੀ ਗਈ ਕਿ ਨਹੀਂ? ਨਾ 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 ਨਾ, ਮੈਡੀਕਲ ਸੁਵਿਧਾ ਕਹਾਂ ਦੀ ਗਈ ਆ? ਮੈਡੀਕਲ ਸੁਵਿਧਾ ਤੋਂ ਇਹੋ ਲੈ ਲਿਓ, ਆਪਾਂ ਨੇ ਐਪਲੀਕੇਸ਼ਨ ਲਾਈ ਜੀ, ਐਪਲੀਕੇਸ਼ਨ ਮੈਂ ਇਹਨਾਂ ਨੇ ਮੈਡੀਕਲ ਕਰਾਇਆ ਵੀ ਕਦੀ ਚੋਟਾਂ ਨਾ ਆ ਜਾ, ਵੀ ਅਗਰ ਫਿਰ ਮਾਰੀ ਜਾਨ ਦਾ ਸਿਆਪਾ ਛਿੜ ਜਾਏਗਾ ਜੀ ਜੀ। CIA-1 ਕੇ ਅਫਸਰ ਨੇ ਜੱਜ ਕੀ ਗੈਲ ਬੈਠਕਾ ਐਪਲੀਕੇਸ਼ਨ ਕੈਂਸਲ ਕਰਾਈ ਆ PGI ਕੀ। ਇਹਨਾਂ ਨੇ ਅੰਬਾਲਾ ਮੈਡੀਕਲ ਕੀ ਮੈਂ ਐਪਲੀਕੇਸ਼ਨ ਦੀ ਤੋ ਕਹਿਣ ਲੱਗੇ ਨੇ ਮੈਡੀਕਲ ਪਰ ਲੈ ਗਏ, ਮੈਡੀਕਲ ਪਰ ਲੈ ਚੁੱਕਾ ਜੀ, ਕਹਿ ਰਹੇ MRI ਕਰਾਉਣੀ ਇਸਕੀ, ਕਹਿ ਰਹੇ ਜੀ ਅੰਬਾਲੇ ਕੇ ਅੰਦਰ ਤੋਂ MRI ਕੀ ਮਸ਼ੀਨਾਂ ਹੀ ਖਰਾਬ ਹੋ ਗਈ ਸਾਰੀ ਕੀ ਸਾਰੀ, ਪ੍ਰਾਈਵੇਟ ਚਾਹੇ ਉਹ ਸਰਕਾਰੀ ਆ ਚਾਹੇ ਉਹ ਪ੍ਰਾਈਵੇਟ ਆ, MRI ਨਹੀਂ ਕਰਾਈ ਹੈ। ਕਿਉਂ? MRI ਕੇ ਅੰਦਰ ਉਸਕੀ ਸਾਰੀ ਜੋ ਸੀ ਨਿਸ਼ਾਨ ਤੇ, ਨਵਦੀਪ ਨੇ ਨਿਸ਼ਾਨ ਦਿਖਾਏ ਮੈਨੂੰ, ਕਿੱਥੇ ਕਿੱਥੇ ਨਿਸ਼ਾਨ ਸੀ? ਡੰਡਕ ਯਹਾਂ ਪੈਰਾਂ ਕੇ, ਯਹਾਂ ਪਤਲੀਆਂ ਪਤਲਾ ਨਿੱਚਾ, ਔਰ ਯਹਾਂ ਵੀ ਇਹਨੂੰ ਪਿੰਨੀਆਂ ਪਰ ਵੀ ਸਾਰੇ ਦਿਖਾਏ ਨਵਦੀਪ ਨੇ ਵੀ ਉਹ ਨਿਸ਼ਾਨ ਕਹੀਂ MRI ਕੇ ਅੰਦਰ ਨਾ ਆ ਜਾ,
ਜੋਨ ਸੀ ਅੰਦਰੂਨੀ ਚੋਟਾਂ ਦੀ, ਉਹ MRI ਕੇ ਅੰਦਰ ਨਾ ਜਾ। ਮੈਂ ਨੇ ਫਿਰ ਬੇਨਤੀ ਕਰੀ, ਯਹਾਂ ਤੇ ਨਾ ਕੈਂਸਲ ਕਰ ਦੀ ਵੀ ਯਹਾਂ ਤੇ ਨਹੀਂ ਹੋਣੀ ਹੈ। ਫਿਰ ਹਮਨੇ ਬੇਨਤੀ ਕਰੀ ਵੀ PGI ਮੈਡੀਕਲ ਨਵਦੀਪ ਕਾ ਹੋਣਾ ਚਾਹੀਏ। ਮੈਂ ਯਹਾਂ ਐਪਲੀਕੇਸ਼ਨ ਲਾਈ, ਇਹਨਾਂ ਨੇ ਉਹ ਐਪਲੀਕੇਸ਼ਨ ਰੱਦ ਕਰਾਈ ਦੀ ਜੱਜ ਗੱਲ ਬੈਠ ਕਾ। ਔਰ ਫਿਰ ਰਾਤੋਂ ਰਾਤ 2-3 ਦਿਨ ਬਾਅਦ ਜਦ ਉਹਨੂੰ ਐਪਲੀਕੇਸ਼ਨ ਨੂੰ ਯਹਾਂ ਲੱਗੀ ਨੂੰ, ਇਹਨੇ ਦੇਖਿਆ ਵੀ ਉਸ ਡੇਟ ਕੇ ਉੱਪਰ ਜਵਾਬ ਦੇਣਾ ਪੜਾਗਾ। ਜਦੋਂ ਆ ਡੇਟ ਆਈ ਉਸ ਤੋਂ ਪਹਿਲਾਂ ਰਾਤੋਂ ਰਾਤ MRI ਕਰਾਏ ਕਾ ਰਿਪੋਰਟ ਵੀ ਭੇਜ ਦਿੱਤੀ ਜੀ। ਮੈਂ MRI ਪ੍ਰਾਈਵੇਟ ਕਰਾਈ, ਉਹ ਵੀ ਉਸਕੋ ਵੀ ਮਾਰੇ ਪਾਸ ਸਬੂਤ ਆ ਵੀ ਹਾਂ ਇਹ ਪ੍ਰਾਈਵੇਟ MRI ਕਰਾਈ ਆ, ਔਰ ਰਾਤ ਨੂੰ ਕਰਾਈ ਗਈ ਆ। ਰਾਤ ਨੂੰ ਕਰਾਇਆ ਕਾ MRI, ਫਿਰ ਯਹਾਂ ਪੇਸ਼ ਵੀ ਕਰਦੀ ਮੇਰੇ। ਫਿਰ ਚੰਡੀਗੜ੍ਹ 'ਤੇ ਫੋਨ ਗਿਆ, ਕਹਿ ਰਿਹਾ ਜੀ ਉਹਨਾਂ ਨੇ MRI ਕਰਾਇਆ ਕਾ ਔਰ ਬਿੱਲ ਨੂੰ ਉਹ ਤਰੀਕ ਨੂੰ ਰਿਜੈਕਟ ਕਰਾ ਦਿਆ। ਤੇ ਉਹਦੇ 'ਚ ਸਾਰੀ ਮਤਲਬ MRI 'ਚ ਸਾਰਾ ਡਿਟੇਲ ਆਈ? ਇਹਨਾਂ ਤੱਕ ਤਾਂ ਨਵਦੀਪ ਦੀ ਸਾਰੀ ਚੋਟਾਂ ਠੀਕ ਹੋ ਗਈ ਜੀ। MRI ਕਰਾਈ ਜਦੋਂ ਰਿਕਵਰ ਹੋ ਗਿਆ ਉਦੋਂ ਬਾਅਦ ਕਰਵਾਇਆ? ਨਾ, ਜਦ ਸਾਰਾ ਨਵਦੀਪ ਰਿਕਵਰ ਹੋ ਗਿਆ ਉਸ ਤੋਂ ਬਾਅਦ MRI ਕਰਾਈ। ਹੁਣ ਜਿਹੜੇ ਟੋਟਲ ਕੇਸ ਆ, ਜਿਵੇਂ 14-16 ਕੇਸਾਂ ਦੀ ਗੱਲ ਚੱਲਦੀ ਆ, ਉਹਦੇ 'ਚ ਹੁਣ ਟੋਟਲ ਕਿੰਨੇ? 10 ਰਹਿ ਗਏ? ਹਾਂ 10 ਰਹਿੰਦੇ ਨੇ। 10 ਰਹਿੰਦੇ ਨੇ ਤੇ ਜਿਹੜੇ ਨਾਲ ਦੇ ਨੌਜਵਾਨ ਨੇ ਉਹਨਾਂ ਤੇ ਕੀ ਕਰਾਇਆ ਹੈਗਾ? ਗੁਰਕੀਰਤਪੁਰ ਇੱਕੋ ਕੇਸ ਆ ਉਹੀ। ਤੁਹਾਡੇ ਪਰਿਵਾਰਕ ਹੋਰ ਮੈਂਬਰਾਂ ਦੀ ਵੀ ਖਾਤਿਆਂ ਦੀ ਛਾਣਬੀਨ ਹੋਈ ਹੈ ਜਾਂ ਹੋਰ ਘਰਾਂ 'ਚ ਤਲਾਸ਼ੀਆਂ ਜਾਂ ਇਹੋ ਜਿਹਾ ਕੁਛ ਹੋਇਆ ਕਿ ਨਹੀਂ ਹੋਇਆ? ਇਹੋ ਜਿਹਾ ਕੁਛ ਨਹੀਂ, ਨਾ ਐਸਾ ਜਿਹਾ ਕੁਛ ਨਹੀਂ ਹੋਇਆ, ਨਾ ਕਿਸੇ ਕੇ ਮਤਲਬ ਖਾਤੇ ਦੀ ਤਲਾਸ਼ੀ ਹੋਈ ਆ, ਸਿਰਫ ਨਵਦੀਪ ਕੇ ਔਰ ਗੁਰਕੀਰਤ ਕੇ ਹੋਈ ਆ, ਹੋਰ ਕਿਸੇ ਕੀ ਨਹੀਂ ਹੋਈ ਹੈ। ਤੇ ਜਦੋਂ ਦੇ ਨਵਦੀਪ ਅਰੈਸਟ ਹੋਏ ਨੇ ਤੁਹਾਨੂੰ ਕੋਈ ਫੋਨ ਵਗੈਰਾ ਆਇਆ ਹੋਵੇ, ਕੋਈ ਧਮਕੀ ਭਰਿਆ ਜਾਂ ਕੋਈ ਹੋਰ ਉਹੋ ਜਿਹੀ ਕੋਈ ਗੱਲ? ਨਾ 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 ਨਾ, ਉਹ ਜਿਹਾ ਕੁਛ ਨਹੀਂ? ਨਾ ਜੀ ਨਾ, ਬਿਲਕੁਲ ਨਹੀਂ, ਬਿਲਕੁਲ ਨਹੀਂ। ਨਾ ਨਵਦੀਪ, ਆਪਾਂ ਇਹ ਆਦਤ, ਆਪਾਂ ਝੂਠ ਨਹੀਂ ਬੋਲਣਾ ਹੈ, ਜੋ ਸੱਚ ਸੱਚ ਕਹਿਣਾ ਆ, ਔਰ ਸੱਚ ਕੇ ਹੀ ਬਲਬੂਤੇ ਪਰ ਆਪਾਂ ਜੋ ਲੜਾਈ ਲੜ ਰਹੇ ਹਾਂ। ਨਵਦੀਪ ਨੇ ਵੀ ਕਿਹਾ ਵੀ ਅੰਦਰ ਬਿਲਕੁਲ ਵੀ ਕੋਈ ਨਹੀਂ, ਖਾਣਾ ਪੀਣਾ ਐਨ ਬੜੀਆ, ਰਹਿਣਾ ਸਹਿਣਾ ਦੇਖੋ ਗਰਮੀ ਸਰਮੀ ਤੋਂ ਚੱਲ ਜਿਓ, ਰਾਹ ਨਹੀਂ ਉਦੋਂ ਕੋਈ, ਵਹਾਂ ਉਹ ਨਹੀਂ ਹੈ ਵੀ ਹਾਂ ਉਹਨੂੰ ਸਾਰੀ ਫੈਸਿਲਿਟੀਆਂ ਦੀ ਜਹਾਂ। ਪਰ ਪਾਣੀ ਦੀ ਸਮੱਸਿਆ ਦੀ ਇਹਨੂੰ ਬੜੀ ਮਤਲਬ ਨਾ ਪਤਾ ਨਹੀਂ ਕਿਉਂ, ਦੇਖੋ ਜੇਲ੍ਹ ਆ, ਜੇਲ੍ਹ ਕੇ ਅੰਦਰ ਜੋ ਜੋ ਕੋਈ ਕਮੀਆਂ ਆ, ਪਾਣੀ ਦੀ ਸਮੱਸਿਆ ਦੀ ਉਹਨਾਂ ਕੀ ਕਹਿ ਰਹੇ ਜੀ ਮਾਰੇ ਪਾ ਮੋਟਰ ਖਰਾਬ ਹੋ ਰਹੀ ਆ। ਮੈਂ ਬਾਹਰ ਤੋਂ ਇੱਕ ਸਮਰਸੀਬਲ ਉਸਕੀ ਇੱਕ ਫੇਸ ਕੀ ਮੋਟਰ ਭੇਜ ਦੀ, ਕਹੀਂ ਉੱਪਰਲੀ ਮੰਜ਼ਿਲ ਮੈਂ ਪਾਣੀ ਜਾ ਰਿਹਾ, ਕੋਈ ਫਰਕ ਨਹੀਂ ਪੜਦਾ ਹੈ, ਕਿਉਂਕਿ ਦਾਨ ਤੋਂ ਕਹੀਂ ਨਾ ਕਹੀਂ ਕਰਨਾ ਚਾਹੀਏ। ਆਰਾਮ ਤੋਂ ਕਹਾਂ ਵੀ ਯੋ ਜੋ ਆਪਾਂ ਕਮਾਵਾਂ ਨਾ, ਇਸ ਨੂੰ ਕਿਸੇ ਨੇ ਨਾ ਥਾਰੀ ਛੱਤੀ ਪਰ ਧਰਨਾ, ਨਾ ਕਿਸੇ ਨੇ ਥਾਰੀ ਜੇਬ ਮੈਂ ਪਾਉਣਾ ਆ। ਇਹ ਤੋਂ ਜਿਤਨਾ ਕਰ ਲੈਂਗੇ ਉਤਨਾ ਥੋੜ੍ਹਾ ਜਿਹਾ, ਆਪਣੇ 5-7 ਹਜ਼ਾਰ ਰੁਪਏ ਲੱਗੇ, ਸਾਰੇ ਕੈਦੀਆਂ ਨੂੰ ਪਾਣੀ ਮਿਲ ਗਿਆ ਅੰਦਰ, ਆਪਣਾ ਕਿਆ ਚਲੇ ਗਿਆ, ਕੁਛ ਵੀ ਨਹੀਂ ਫਰਕ ਪੜਦਾ ਮਨ ਵਿੱਚ। ਹੁਣ ਜਿਹੜਾ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਖਾਸ ਕਰਕੇ ਮੈਂ ਚੜੂਨੀ ਸਾਹਿਬ ਦੀ ਗੱਲ ਕਰੂੰਗਾ, ਹਰਿਆਣੇ ਤੋਂ ਹੀ ਆਉਂਦੇ ਨੇ, ਉਹਨਾਂ ਨੇ ਵੀ ਕਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਬਾਏ ਇਲੈਕਸ਼ਨ ਹੋਣੇ ਉੱਥੇ ਅਸੀਂ ਬੰਦੇ ਖੜੇ ਕਰਾਂਗੇ। ਜਿਹੜਾ ਰਾਜਨੀਤੀ 'ਚ ਆਉਣ ਵਾਲਾ ਕਿਸਾਨ ਆਗੂਆਂ ਦਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਿੱਜੀ ਤੌਰ ਦੇ ਉੱਤੇ? ਤੁਸੀਂ ਨਵਦੀਪ ਦੀ ਕੋਈ ਇੱਛਾ ਹੈ ਜਾਂ ਤੁਹਾਡੀ ਵੀ ਜਦੋਂ? ਨਾ ਨਾ ਨਾ, ਆਪਾਂ ਨੇ ਤਾਂ ਬਿਲਕੁਲ ਕਾਟਾ ਮਾਰਿਆ ਵਾ। ਦੇਖੋ ਮੈਨੂੰ ਨਵਦੀਪ ਬਾਰੇ ਆਪਾਂ ਕਿਉਂ ਕਹਾਂ ਜੀ, ਠੀਕ ਹੈ ਨਹੀਂ, ਕਿਸੇ ਦੀ ਕਿਆ ਕਿਆ ਸੋਚ ਆ, ਮੇਰੀ ਆਪਣੀ ਸੋਚ ਆ ਸਿਰਫ, ਆਪਾਂ ਉਹਨੂੰ ਸਲਾਹ ਦੇਣੀ ਹੈ ਵੀ ਆਪਾਂ ਨੇ ਕੰਮ ਕਰਨਾ ਨਹੀਂ, ਕਰਨਾ ਜਾਂ ਨਾ ਕਰਨਾ ਉਹ ਉਹਨਾਂ ਦੀ ਮਰਜ਼ੀ, ਪਰ ਮੇਰੀ ਜੋ ਆਪਣੀ ਦਿਲੀ ਇੱਛਾ ਹੈ, ਕਦੀ ਵੀ ਬਿੰਬਰੀਕ ਇਲੈਕਸ਼ਨ ਵੀ ਜ਼ਿੰਦਗੀ ਦੇ ਅੰਦਰ ਨਹੀਂ ਲੜਨਾ, ਇਹ ਸੇਵਾ ਇਸੀ ਤਰ੍ਹਾਂ ਚਲੇਗੀ, ਨਿਸ਼ਕੁਲ ਕਰਾਂਗੇ, ਬਿਲਕੁਲ ਬਿਲਕੁਲ ਕੋਈ ਰਾਜਨੀਤੀ ਨਹੀਂ, ਔਰ ਕੋਈ ਵੀ ਇਲੈਕਸ਼ਨ ਨਹੀਂ ਲੜਨਾ। ਬਿੰਬਰੀ ਤੱਕ ਵੀ ਆਪਾਂ ਨੇ ਸੌਂਹ ਖਾਈ ਵੀ ਆਪਾਂ ਜਦ ਵੀ ਮੈਂਬਰ ਵੀ ਬਣਾਵਾਂ ਨਾ, ਹਮ ਪਹਿਲਾਂ ਕਹਾਂ ਵੀ ਅਗਰ ਮਾਰੀ ਜਥੇਬੰਦੀ ਕਾ ਮੈਂਬਰ ਬਣਨਾ ਆ ਤੋ ਹਮ ਇਲੈਕਸ਼ਨ ਕੇ ਬਾਰੇ ਮੈਂ ਸੋਚਣਾ ਵੀ ਨਹੀਂ, ਲੜਨੇ ਕੀ ਤੋ ਦੂਰ ਕੀ ਬਾਤ ਆ। ਤੁਹਾਨੂੰ ਲੱਗਦਾ ਜਿਹੜਾ ਇਹ ਕਿਸਾਨੀ ਅੰਦੋਲਨ 2.0
0 ਸੀਗਾ ਦੂਜਾ ਕਿਸਾਨੀ ਅੰਦੋਲਨ, ਇਹਦੇ 'ਚ ਮਤਲਬ ਪਹਿਲੇ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹੀਆਂ, ਤਾਂ ਹੀ ਉਸ ਹਿਸਾਬ ਦੇ ਨਾਲ ਚੱਲ ਨਹੀਂ ਸਕਿਆ, ਸਾਰੇ ਇੱਕਮੁੱਠ ਨਹੀਂ ਹੋ ਸਕੇ, ਬਹੁਤ ਸਾਰੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਦਾ ਇਹ ਸੀਗੀਆਂ ਜਿਹੜੀਆਂ ਰਾਜਨੀਤਿਕ ਉਹ ਅੱਡ ਰਹਿਣਾ, ਜਾਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੀ ਗੱਲ ਆਉਂਦੀ ਆ, ਉਹ ਵੱਡੀ ਇੱਕ ਜਥੇਬੰਦੀ ਆ, ਉਹਨਾਂ ਦਾ ਦੂਰ ਰਹਿਣਾ ਇਸ ਅੰਦੋਲਨ ਤੋਂ, ਮੀਟਿੰਗਾਂ ਦਾ ਉਵੇਂ ਸਿਰੇ ਨਾ ਚੜ੍ਹਨਾ, ਕੀ ਤੁਹਾਨੂੰ ਲੱਗਦਾ ਵੀ ਬਹੁਤ ਸਾਰੀਆਂ ਕਮੀਆਂ ਰਹਿਣਾ ਤੁਹਾਡੇ ਵਿੱਚ ਵੀ ਜਾਂ ਜਥੇਬੰਦੀਆਂ 'ਚ? ਦੇਖੋ, ਕਮੀਆਂ ਤੋਂ ਹਰ ਆਦਮੀ ਮੈਂ ਹੋਵਾਂ ਜਾਂ ਪੂਰੀ ਨਹੀਂ ਕੋਈ ਕਰ ਸਕਦਾ ਹੈ, ਪਰ ਇਹ ਨਹੀਂ ਕੋਈ ਕਹਿ ਸਕਦਾ ਵੀ ਇਸਕੇ ਮੇਲ ਜੋਲ ਵਾਸਤਾ ਕੋਈ ਦੋਨੋਂ ਫੋਰਮਾਂ ਨੇ ਕਸਰ ਛੋਟੀ ਹੋ। ਉਗਰਾਹਾਂ ਸਾਹਿਬ ਕੇ ਪਾਸ ਵੀ ਮੇਲ ਜੋਲ ਕਰਨ ਗਏ ਹਾਂ, ਖੁਦ ਉਗਰਾਹਾਂ ਸਾਹਿਬ ਰਾਜਪੁਰਾ ਆਏ ਹਾਂ ਬਾਤ ਕਰਨ ਵਾਸਤੇ, ਭਲੇਰ ਸਾਹਿਬ ਗਏ, ਠੀਕ ਹੈ, ਸ਼ੁਰੂ ਮਾਂ ਚੜੂਨੀ ਸਾਹਿਬ ਕੇ ਪਾਸ, ਆਪਣੇ ਕੌਤ ਸਾਹਿਬ ਗਏ ਤੇ ਮੇਰਾ ਖਿਲਕਾ ਇੱਕ ਉਹਦੇ ਆਪਣੇ ਮਾਨ ਸਾਹਿਬ ਦਿੱਲੀ ਵਾਲੇ, ਤੋ ਉਹ ਵਹਾਂ ਗਏ ਉਹਨੂੰ ਪੁੱਛਣ ਵੀ ਭਾਈ ਆਪਾਂ ਨੇ ਇਸ ਤਰ੍ਹਾਂ ਕਰਕੇ ਆਪਣਾ ਅੰਦੋਲਨ ਲੜਨਾ ਆ, ਬਤਾਓ ਤੁਹਾਡੀ ਕਿਆ ਸਲਾਹ ਆ? ਉਹਨਾਂ ਕੀ ਪਤਾ ਨਹੀਂ ਕਿਆ, ਉਹ ਕਹਿੰਦਾ ਜੀ ਮੈਂ ਇਲੈਕਸ਼ਨ ਤੋਂ ਨਹੀਂ ਛੋੜ ਸਕਦਾ, ਹਾਂ ਜੇ ਤੁਹਾਨੂੰ ਇਹ ਮੇਰੀ ਸ਼ਰਤਾਂ ਮਨਜ਼ੂਰ ਹਨ ਇਲੈਕਸ਼ਨ ਲੜਨ ਵਾਲੀ, ਫਿਰ ਮੈਂ ਥਰੇ ਮੈਂ ਆਊਂ ਹਾਂ, ਤੋ ਉਹ ਵੀ ਆਪਾਂ ਨੇ ਫਿਰ ਵੀ ਇਹ ਤੋਂ ਆਪਾਂ ਮੰਨਣੀ ਨਹੀਂ ਹੈ ਇਲੈਕਸ਼ਨ, ਕਿਉਂਕਿ ਜੋ ਦੋਨੋਂ ਫੋਰਮਾਂ ਆ, ਨੋਨ ਪੋਲੀਟੀਕਲ ਮੋਰਚਾ ਲੈ ਲਓ ਔਰ ਕਿਸਾਨ ਮਜ਼ਦੂਰ ਮੋਰਚਾ, ਉਹਨਾਂ ਨੇ ਸਾਰਿਆਂ ਨੇ ਇੱਕੋ ਬਾਤ ਤੈਅ ਕਰੀ ਹੋਈ ਆ ਵੀ ਅਗਰ ਸੇਵਾ ਕਰਨੀ ਆ ਤੋ ਪੋਲੀਟਿਕਸ ਤੋਂ ਬਾਹਰ ਰਹਿ ਕੇ ਸੇਵਾ ਕਰਨੀ ਆ, ਇਸਕੇ ਅੰਦਰ ਬਿਲਕੁਲ ਨਹੀਂ। ਅੱਛਾ, ਹੋਰ ਵੀ ਜੋ ਵੀ ਜਥੇਬੰਦੀਆਂ ਦੀ ਮੈਨੂੰ ਤਾਂ ਲੱਗਦਾ ਨਹੀਂ ਵੀ ਹਾਂ ਕਿਸੇ ਕੇ ਪਾਸ ਐਸਾ ਮੈਸੇਜ ਨਾ ਗਿਆ ਹੋ ਦੋਨੋਂ ਫੋਰਮਾਂ ਕੀ ਤਰਫ ਤੋਂ, ਹਮ ਆਪ ਨੂੰ ਬੁਲਾਉਣਾ ਚਾਹਾਂ ਆ, ਔਰ ਉਨਕੀ ਫਿਰ ਕਿਆ ਮਨਸਾ ਆ? ਆਪਾਂ ਦੇਖ, ਉਨਕੀ ਮਨਸਾ ਨਹੀਂ ਮੰਨ ਸਕਦੇ ਹੈ, ਕਿਉਂਕਿ ਹਮ ਇਸ ਚੀਜ਼ ਕਿਤੇ ਬਹੁਤ ਦੂਰ ਰਹਿਣਾ ਚਾਹੇ। ਅਗਰ ਪੋਲੀਟਿਕਸ ਕਰਨੀ ਆ, ਪੋਲੀਟਿਕਸ ਕੱਲ੍ਹ ਤਾਂ ਹਰ ਆਦਮੀ ਜੁੜਿਆ ਹੋਇਆ ਆ, ਅਗਰ ਪੋਲੀਟਿਕ ਹਮ ਵੀ ਪੋਲੀਟਿਕਸ ਕੇ ਅੰਦਰ ਤੇ ਪੋਲੀਟਿਕਸ ਛੋੜ ਕੇ ਤਾਂ ਆਪਾਂ ਯੋ ਸੇਵਾ ਲਈ ਆ, ਅਗਰ ਫਿਰ ਦੁਬਾਰਾ ਪੋਲੀਟਿਕਸ ਕਰਨੀ ਆ, ਪੋਲੀਟਿਕਸ ਮੈਂ ਰਹਿ ਕੇ ਸੇਵਾ ਨਹੀਂ ਹੁੰਦੀ, ਸਿਰਫ ਨਾ ਮਸਲੇ ਹੱਲ ਹੋਵਾਂ, ਹਾਂ ਆਪਣੀ ਇੱਛਾਵਾਂ ਪੂਰੀ ਹੋ ਸਕਾਂ ਬਸ, ਜੋ ਪੋਲੀਟਿਕਸ ਮੈਂ ਰਹੇਗਾ, ਜੋ ਬੰਦੇ ਦੀ ਆਪਣੀ ਇੱਛਾਵਾਂ ਨਾ ਉਹ ਜ਼ਰੂਰ ਪੂਰੀ ਹੋ ਜਾਵੇਗੀ, ਪਰ ਆਪ ਕਿਸੇ ਦੂਸਰੇ ਦੀ ਇੱਛਾਵਾਂ ਪੂਰੀ ਨਹੀਂ ਕਰ ਸਕਦੇ। ਜੀ, ਮੇਰਾ ਲਾਸਟ ਜਾਂਦੇ ਜਾਂਦੇ ਸਵਾਲ ਆ, ਨਵਦੀਪ ਦਾ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਬਾਹਰ ਆਜੂਗਾ? ਜਾਂ ਨਵਦੀਪ ਆਜੂਗਾ, ਜ਼ੋਰ ਲਗਾ ਕੇ ਇਸ ਮਹੀਨੇ 'ਚ, ਇਹ ਅਗਲੀ ਤਰੀਕ 'ਤੇ, ਅਗਲੀ ਦੋ ਮਤਲਬ ਹੁਣ ਮੇਰਾ ਖਿਆਲ ਹੈਗਾ 4 ਤਰੀਕ ਹੈ, 1-2 ਤਰੀਕ ਹੈ, ਇਸ 'ਤੇ ਵੀ ਯਾਰ ਜੋ ਆਪਾਂ ਨੇ ਇਹ ਇਸਮਾਂ ਪਾਈ ਆ, ਹਾਈਕੋਰਟ ਪਾਈ ਆ, ਹੋ ਜਾਵੇਗੀ ਨਵਦੀਪ ਦੀ ਜ਼ਮਾਨਤ, ਜਿਹੜਾ ਉਹ ਵੱਡਾ ਇਕੱਠ ਰੱਖਿਆ 17 ਤਰੀਕ ਤੋਂ ਪਹਿਲਾਂ ਆਸ ਹੈ, ਉਹ ਵੱਡਾ ਇਕੱਠ ਰੱਖਿਆ ਗਿਆ ਉਹ ਸਿਰਫ ਨਵਦੀਪ ਲਈ ਆ ਜਾਂ ਨਵਦੀਪ ਲਈ ਆ? ਉਹ ਸਿਰਫ ਨਵਦੀਪ, ਜੇ ਉਸ ਤੋਂ ਪਹਿਲਾਂ ਬਾਹਰ ਆਉਂਦਾ ਫਿਰ ਤੁਸੀਂ ਉਹ ਇਕੱਠ ਕਰੋਗੇ ਕਿ ਕਿੱਦਾਂ? ਉਹ ਤਾਂ ਦੇਖੋ ਫਿਰ ਦੋਨੋਂ ਫੋਰਮਾਂ ਦਾ ਫੈਸਲਾ ਹੈ, ਉਹੀ ਫੈਸਲਾ ਕਰਨਗੇ ਜਿਨ੍ਹਾਂ ਨੇ ਰੱਖਿਆ ਵੀ ਹਾਂ ਉਹ ਰੱਖਣਾ ਜਾਂ ਨਹੀਂ ਰੱਖਣਾ, ਉਹ ਤਾਂ ਉਹਨਾਂ 'ਤੇ ਹੀ ਛੱਡਿਆ ਹੋਇਆ ਸਾਰਾ ਕੁਝ, ਮੈਂ ਸ਼ੁਰੂ ਤੋਂ ਹੀ ਉਹਨਾਂ 'ਤੇ ਹੀ ਛੱਡਿਆ ਹੋਇਆ, ਅੱਜ ਤੱਕ ਉਹਨਾਂ ਨੂੰ ਇਹ ਕਿਹਾ ਵੀ ਜੋ ਵੀ ਤੁਸੀਂ ਥਵੇਂ ਫੈਸਲਾ ਲਏਗੇ ਉਹ ਤੁਹਾਨੂੰ ਮਨਜ਼ੂਰ ਆ, ਚਾਹੇ ਨਵਦੀਪ ਨੂੰ ਅੱਜ ਛੜਾ ਲਓ, ਚਾਹੇ ਮਹੀਨੇ ਨੂੰ ਛੜਾ ਲਓ, ਚਾਹੇ 6 ਮਹੀਨੇ ਨੂੰ ਛੜਾ ਲਓ, ਉਹ ਸਾਰਾ ਮੈਂ ਦੋ ਹੀ ਫੋਰਮਾਂ 'ਤੇ ਛੱਡਿਆ ਵਾ, ਆਪਣੀ ਕੋਈ ਉਹ ਨਹੀਂ ਹੈ ਆਪਾਂ ਨੂੰ, ਕਿਉਂ ਜੇ ਆਪਾਂ ਫੋਰਮਾਂ 'ਤੇ ਬਾਹਰ ਚਲਾਂਗੇ ਤਾਂ ਆਪਾਂ ਇਹ ਲੜਾਈ ਦੂਸਰੇ ਕੰਨੀ ਨੂੰ ਆਪਣੇ ਆਪਣਾ ਇਹ ਨਹੀਂ ਹੈ ਕਿ ਆਪਣੀ ਆਪਣੀ ਚਲਾਉਣੀ ਹੈ ਨਾ, ਜੋ ਫੋਰਮਾਂ ਕਰਾਂਗੀ ਉਹ ਆਪਾਂ ਨੂੰ ਮਨਜ਼ੂਰ। ਜੀ, ਧੰਨਵਾਦ ਜੀ, ਤੁਸੀਂ ਧੰਨਵਾਦ ਜੀ, ਬਹੁਤ ਬਹੁਤ ਖਾਲਸਾ, ਵਾਹਿਗੁਰੂ ਫਤਿਹ।